ਉਹਨਾਂ ਰਾਤ ਨੂੰ ਹੁੰਦਾ ਜਾਂ ਟਾਈਮ ਦੱਸ ਕੇ ਹੁੰਦਾ ਉਹਨਾਂ ਲੋਕਾਂ ਨੂੰ ਰੋਕਣ ਵਾਸਤੇ ਕੁਛ ਨਾ ਕੁਛ ਤਾਂ ਸਾਨੂੰ ਸਪੋਰਟ ਮਿਲਦੀ ਹੈ ਨਾ ਜਦੋਂ ਇਹ ਵੱਡੇ ਲੀਡਰ ਬਿਮਾਰ ਹੁੰਦੇ ਆ ਉਦੋਂ ਫਿਰ ਪੰਜਾਬ ਦੇ ਹਸਪੀਟਲ ਵਿੱਚ ਐਡਮਿਟ ਕਿਉਂ ਨਹੀਂ ਹੁੰਦੇ ਕਿ ਬਾਹਰ ਕਿਉਂ ਜਾਂਦੇ ਆ ਕੀਰਵਲ ਖੁਦ ਬਗਲੌਰ ਜਾ ਕੇ ਆਪਣੀ ਖਾਂਸੀ ਦੀ ਦਵਾਈ ਖਾਂਦਾ ਰਿਹਾ ਉੱਥੇ ਐਡਮਿਟ ਹੋਇਆ ਹੈ ਲੌਕਡਾਊਨ ਕਰਫਿਊ ਲਾ ਕੇ ਤੁਹਾਡੀ ਸਰਕਾਰ ਕਿਸਾਨ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਸੈਂਟਰਲ ਗਵਰਨਮੈਂਟ ਦਾ ਕੋਈ ਫੈਸਲਾ ਹੋਵੇ ਕੋਈ ਨਾ ਹੋਵੇ ਲੇਕਿਨ ਇਹ ਇਹ ਸਟੇਟਸ ਰਿਜੈਕਟ ਹੈਗਾ ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਵਾਰ ਕੋਈ ਮਹਿਮਾਨ ਹੋਵੇ ਤੇ ਉਸ ਦੇ ਨਾਲ ਤੁਹਾਨੂੰ ਰੂਬ ਰੂ ਕਰਾਇਆ ਜਾਵੇ ਲਗਾਤਾਰ ਅਸੀਂ ਕਿਸਾਨ ਸੰਘਰਸ਼ ਦੀ ਗੱਲ ਕੀਤੀ ਹੈ ਢੇਡ ਦੀ ਗੱਲ ਕੀਤੀ ਹੈ ਹੁਣ ਤੁਹਾਡੀ ਸਿਹਤ ਦੀ ਗੱਲ ਕਰਨੀ ਜ਼ਰੂਰੀ ਹੈ ਤੇ ਅੱਜ ਅਸੀਂ ਪੁੱਛਾਂਗੇ ਪੰਜਾਬ ਦੇ ਸਿਹਤ ਮੰਤਰੀ ਤੋਂ ਕਿ ਪੰਜਾਬ ਦੀ ਸਿਹਤ ਦਾ ਕੀ ਹੈ ਹਾਲ ਸਰਨਾ ਮਜੂਦ ਨੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ ਸਵਾਗਤ ਅਸਰ ਤੋਂ ਧੰਨਵਾਦ ਥੈਂਕ ਯੂ ਸਿੱਧੂ ਸਾਹਿਬ ਸਾਰਿਆਂ ਦੇ ਜ਼ਹਿਨ ਦੇ ਵਿੱਚ ਇੱਕ ਕੋਈ ਸਵਾਲ ਆ ਸਾਡੀ ਸਿਹਤ ਦਾ ਖਿਆਲ ਕੌਣ ਰੱਖੇਗਾ ਤੇ ਤੁਸੀਂ ਲਗਾਤਾਰ ਦਾਅਵੇ ਕਰਦੇ ਪਿਓ ਕਿ ਅਸੀਂ ਹਰ ਤਰ੍ਹਾਂ ਦੇ ਬੰਦੋਬਸਥ ਕੀਤੇ ਹੋਏ ਆ ਮੈਂ ਕੋਵਿਡ ਦੇ ਬਾਰੇ ਪਹਿਲਾ ਸਵਾਲ ਸਵਾਲ ਤੁਹਾਨੂੰ ਕਰ ਰਿਹਾ ਪੰਜਾਬ ਦੇ ਵਿੱਚ ਇੱਕ ਡਰ ਬਣਿਆ ਹੋਇਆ ਹੈ ਕਿ ਨਵਾਂ ਸਟ੍ਰੇਨ ਆ ਗਿਆ ਤੁਸੀਂ ਵੀ ਸਭ ਤੋਂ ਪਹਿਲਾਂ ਤੁਸੀਂ ਬਿਆਨ ਦਿੱਤਾ ਸੀਗਾ ਯੂਕੇ ਸਟ੍ਰੇਨ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਸਰੋਤੇ ਰਸਾਰਾ ਨੂੰ ਆਪਣੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਕਹਿਣਾ। ਜੀ। ਦੂਸਰੀ ਗੱਲ ਤੁਸੀਂ ਜੋ ਗੱਲ ਕੋਵਿਡ ਦੀ ਕੀਤੀ ਹੈ ਕੋਵਿਡ ਅਫੀਸਰ ਇੱਕ ਸਾਲ ਤੋਂ ਲਗਾਤਾਰ ਸਾਡੇ ਤੇ ਬਹੁਤ ਪੂਰੇ ਵਿਸ਼ਵ ਤੇ ਹੀ ਭਾਰੂ ਹੈ। ਅਸੀਂ ਇਹਨੂੰ ਹੌਲੀ-ਹੌਲੀ ਬਹੁਤ ਕੰਟਰੋਲ ਕਰ ਲਿਆ ਸੀਗਾ ਤੇ ਲੇਕਿਨ ਆ ਪਿੱਛੇ ਜਿਹੜਾ ਮਾਰਚ ਦੇ ਵਿੱਚ ਸ਼ੁਰੂ ਦੇ ਵਿੱਚ ਫੇਰ ਪਰ ਵੀ ਐਂਡ 'ਚ ਆ ਕੇ ਫੇਰ ਦੁਬਾਰਾ ਇੱਕ ਜਿਹੜੀ ਸਟ੍ਰੇਨ ਜਿਹੜੀ ਆਈ ਹੈ। ਉਹਦੇ ਚ ਜਦੋਂ ਸ਼ੁਰੂ-ਸ਼ੁਰੂ ਚ ਕੇਸ ਆਉਣੇ ਸ਼ੁਰੂ ਹੋਏ ਤਾਂ ਹਿਸ਼ਾਰਪੁਰ ਦੇ ਵਿੱਚ ਜਦੋਂ 4-5 ਕੇਸ ਲਗਾਤਾਰ ਆਏ ਤਾਂ ਉਦੋਂ ਬਾਅਦ ਇੱਕ ਸੈਂਟਰ ਦੀ ਟੀਮ ਜਿਹੜੀ ਆ ਸਾਡੇ ਪੰਜਾਬ ਦੇ ਵਿੱਚ ਜਦੋਂ ਕੇਸ ਵੜਨੇ ਸ਼ੁਰੂ ਹੋਏ ਤਾਂ ਦਵਾਰਾ ਉਹਨਾਂ ਨੇ ਵਿਜ਼ਿਟ ਕੀਤਾ ਤੇ ਉਹਦੇ ਤੋਂ ਆ ਸਾਡੇ ਜਿਹੜੇ ਇੱਥੋਂ ਦੇ ਲੋਕਲ ਡਾਕਟਰ ਸੀ ਜਾਂ ਸਾਡੇ ਇੱਥੋਂ ਦੇ ਜਿਹੜੇ ਐਕਸਪਰਟਸ ਸੀ ਉਹਨਾਂ ਨੇ ਕਿਹਾ ਸੀ ਜਿਹੜੀ ਇਹ ਹੋਣ ਜਿਹੜੇ ਆਪਣੇ ਕੇਸ ਆ ਰਹੇ ਨੇ ਆਪਾਂ ਨੂੰ ਇੱਕ ਕਿਸਮ ਦੀ ਕੈਟਾਗਰੀ ਕੀ ਆ ਵੀ ਕਿਸ ਕੈਟਾਗਰੀ ਦੇ ਆਪਣੇ ਸਿੰਪਟਮ ਨੇ ਜੋ ਕੀ ਇਹਦਾ ਗ੍ਰੇਡ ਹੈ ਉਹ ਸਾਰਾ ਕੁਝ ਚੈੱਕ ਕਰਨ ਵਾਸਤੇ ਲੋਸੀਂ ਆਪਣੇ 4-500 ਸੈਂਪਲ ਸਾਰੇ 400 ਸੈਂਪਲ ਦੇ ਕਰੀਏ ਜਿਹੜੇ ਦਿੱਲੀ ਦੇ ਲੈਬਟਰੀ ਲੈਬ ਚ ਭੇਜੇ ਤਾਂ ਉਥੋਂ 326 ਜਿਹੜੇ ਸੈਂਪਲ ਸੀਗੇ ਉਹ ਯਾਨੀ ਜੁਕਸਟ ਦੇ ਪਾਏ ਗਏ ਜੋ ਕਿ ਸਾਡੇ ਵਾਸਤੇ ਬਹੁਤ ਮੈਂ ਕਹਣਾ ਵੀ ਇੱਕ ਵੱਡੀ ਮਸਿਬਤ ਵਾਲੀ ਗੱਲ ਸੀ ਤੇ ਅਸੀਂ ਕਿਸ ਤਰ੍ਹਾਂ ਟੈਸਟ ਕਰੀਏ ਕਿਸ ਤਰ੍ਹਾਂ ਫਿਰ ਉਸ ਤੋਂ ਬਾਅਦ ਲੇਕਿਨ ਹੌਲੀ-ਹੌਲੀ ਹਿਸ਼ਾਰਪੁਰ ਜਲੰਧਾ ਨਮਾਸ਼ਹਿਰ ਪੰਜ ਛੇ ਜ਼ਿਲ੍ਹਾ ਦੇ ਵਿੱਚ ਕਾਫੀ ਸਾਡਾ ਨੁਕਸਾਨ ਹੋਣਾ ਸ਼ੁਰੂ ਹੋਇਆ ਔਰ ਮਹਾਰਾਸ਼ਟਰ ਤੋਂ ਬਾਅਦ ਅਸੀਂ ਦੂਸਰੇ ਨੰਬਰ ਤੇ ਆ ਗਏ ਲੇਕਿਨ ਹੁਣ ਅ ਅੱਜ ਕੱਲ ਦਾ ਜਿਹੜਾ ਡਾਟਾ ਉਹ ਵੀ ਬੜਾ ਮੈਂ ਕਹਿ ਸਕਦਾ ਵੀ 3000 ਕ੍ਰੋਸ ਅਸੀਂ ਕਰ ਚੁੱਕੇ ਜੋ ਸਾਡੇ ਅ ਪ੍ਰੋਡਕਸ਼ਨ ਸੀ ਕਿ ਐਕਸਪਰਟਸ ਨੇ ਕਿ ਐਂਡ ਮਾਰਚ ਤੱਕ ਇਹ ਬਹੁਤ ਜ਼ਿਆਦਾ ਵੱਸ ਸਕਦੇ ਨੇ ਕਿ ਉਹੀ ਗੱਲ ਹੋਈ ਹੈ ਕਿ ਵਧੇ ਨੇ ਤੇ ਮੌਤਾਂ ਵੀ ਕੱਲ 59 ਹੋਈਆਂ ਨੇ ਇੱਕ ਦਿਨ 664 ਵੀ ਹੋਈਆਂ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਸ ਤੋਂ ਬਾਅਦ ਜਦੋਂ ਅਸੀਂ ਰਿਵਿਊ ਕੀਤਾ ਸਾਡੇ ਸੀਐਮ ਸਾਨੇ ਸਪੈਸ਼ਲ ਕਹਿੰਦੇ ਆਪਾਂ ਆਪਣੀ ਟੈਸਟਿੰਗ ਰੇਂਜ ਨੂੰ 35000 ਤੱਕ ਲੈ ਕੇ ਜਾਣੀ ਹੈ ਅਸੀਂ ਇੱਕ ਸਾਲ ਦੇ ਵਿੱਚ ਜਿਹੜੇ ਆਪਣੇ ਸਿਸਟਮ ਨੂੰ ਇੰਨਾ ਐਕਸਪੈਂਡ ਲੈਬੋਰੇਟ ਕੀਤਾ ਕਿ ਅੱਜ ਅਸੀਂ 35000 ਦੀ ਗੱਲ ਨਹੀਂ ਅਸੀਂ ਪਰਸੋਂ ਜਿਹੜੇ ਸਾਡੇ ਟੈਸਟ ਸੀ ਉਹ 40000 ਨੂੰ ਅਸੀਂ ਸੈਂਪਲਿੰਗ ਚ ਕਰਾਸ ਕੀਤਾ ਤੇ 40000 ਅਸੀਂ ਟੈਸਟ ਕੀਤੇ ਕੱਲ 49000 ਸਮਥਿੰਗ ਨਹੀਂ ਠੀਕ ਹੈ ਤੁਸੀਂ ਕਹਿ ਰਹੇ ਹੋ ਟੈਸਟ ਵਧਾਏ ਆ ਤੁਸੀਂ ਪਰ ਅਸੀਂ ਅਸੀਂ ਹੁਣ ਮੈਂ ਜਿਹੜੀ ਗੱਲ ਕਰਨ ਨਾਲ ਚਾਹ ਕਰਨੀ ਚਾਹੁੰਦਾ ਕਿ ਅਸੀਂ ਚਾਹੁੰਦੇ ਆ ਕਿ ਜਿੰਨਾ ਮੈਕਸਿਮਮ ਅਸੀਂ ਟੈਸਟ ਸੈਂਪਲਿੰਗ ਕਰਾਂਗੇ ਉਹਨੇ ਜਿਆਦਾ ਜਿਹੜੇ ਕੇਸ ਸਾਡੇ ਸਾਹਮਣੇ ਆਉਣਗੇ ਅਸੀਂ ਉਹਨੇ ਜਲਦੀ ਹੀ ਉਹਨਾਂ ਨੂੰ ਟਰੀਟਮੈਂਟ ਦੇਵਾਂਗੇ ਉਹਨੇ ਜਲਦੀ ਅਸੀਂ ਉਹਨਾਂ ਦੇ ਉੱਤੇ ਪੂਰਾ ਪੈਰਾ ਦੇਵਾਂਗੇ ਤੇ ਜੇਕਰ ਅਸੀਂ ਆਪਣੀ ਜਿਵੇਂ ਬਾਕੀ ਸਟੇਟਾਂ ਦਾ ਜਾਂ ਬਾਕੀ ਕੰਟਰੀਆਂ ਨੇ ਜਿਵੇਂ ਇਸ ਨੂੰ ਲਾਪਰਵਾਹੀ ਲਈ ਹੈ ਪਰ ਅਸੀਂ ਲਾਪਰਵਾਹੀ ਨਹੀਂ ਕਰਤ ਰਹੇ ਪਰ ਅਸੀਂ ਲੋਕਾਂ ਨੂੰ ਜ਼ਰੂਰੀ ਗੱਲ ਕਹਿਣਾ ਚਾਹੁੰਦੇ ਆ ਕਿ ਉਹ ਲਾਪਰਵਾਹੀ ਨਾ ਕਰਨੋ ਨਹੀਂ ਠੀਕ ਕਹਿ ਰਹੇ ਹੋ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਲੋਕਾਂ ਦਾ ਵੀ ਫਰਜ਼ ਬਣਦਾ ਸਿੱਧੂ ਸਾਹਿਬ ਪਰ ਜੇ ਤੁਸੀਂ ਸਾਡੇ ਆਸ-ਪਾਸ ਦੇਖੋ ਸਾਡੇ ਜਿਹੜੇ ਗਵਾਂਢੀ ਸੂਬੇ ਆ ਉੱਥੇ ਜੇ ਅਸੀਂ ਪਰ ਲੈਕ ਜੇ ਅਸੀਂ ਗੱਲ ਕਰਦੇ ਆ ਸਾਡੇ ਕਿਸੇਸ ਘਟ ਪਰ ਉਸ ਦੇ ਬਾਵਜੂਦ ਸਾਡੀ ਡੈਥ ਰੇਟ ਜ਼ਿਆਦਾ ਉਹਦਾ ਕਾਰਨ ਸਾਡਾ ਲਾਈਫ ਸਟਾਈਲ ਸਾਡਾ ਜਿਹੜਾ ਸਿਸਟਮ ਹੈ ਪੰਜਾਬ ਦਾ ਬਹੁਤ ਰਿਚ ਫੂਡ ਖਾਣਾ ਕੋਈ ਐਕਸਰਸਾਈਜ਼ ਨਹੀਂ ਸਾਡੇ ਨੂੰ ਬਹੁਤ ਸਾਰੇ ਜਿਹੜੇ ਕੋਮ ਆਲਰੇਡੀ ਜਿਹੜੇ ਕੇਸ ਨੇ ਬਹੁਤ ਨੇ ਜਿਵੇਂ 슈ਗਰ ਹੈ ਬਲੱਡ ਪ੍ਰੈਸ਼ਰ ਹੈ ਕੈਂਸਰ ਹੈ ਕਿਡਨੀ ਦੇ ਰੋਗ ਨੇ ਹੋਰ ਅਸਥਮਾ ਹੈ ਖਾਸ ਕਰਕੇ ਟੀਵੀ ਹੈ ਉਹ ਚੀਜ਼ ਜਿਹੜੇ ਸਾਨੂੰ ਕਾਫੀ ਨੁਕਸਾਨ ਕਰ ਰਹੀਆਂ ਨੇ ਜਿਹੜੀਆਂ ਕਿ ਸਾਡਾ ਡੈਥ ਰੇਟ ਜ਼ਿਆਦਾ ਹੋ ਰਿਹਾ ਹੈ ਦੂਜੀ ਗੱਲ ਜਿਹੜੇ ਸਾਡੇ ਜੁਕਸਟ ਸਟੇਨ ਦੀ ਗੱਲ ਕਰਦੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਖਾਸ ਕਰਕੇ ਉਹ ਆਪਣੇ ਰੂਡ ਨੇ ਰੂਟ ਸੇਤੇ ਨੇ ਉਹ ਇੱਥੇ ਵਿਆਹ ਸ਼ਾਦੀਆਂ ਸੋਸ਼ਲ ਫੰਕਸ਼ਨ ਟੈਂਡ ਕਰਨ ਵਾਸਤੇ ਪੰਜਾਬ ਆਉਂਦੇ ਨੇ ਤੇ ਉਦੋਂ ਉਹਨਾਂ ਦੇ ਸੋਸ਼ਲ ਸਰਕਲ ਦੇ ਵਿੱਚ ਇਹ ਸਪਰੈਡ ਹੋਇਆ ਤੇ ਉਦੋਂ ਨਾਲ ਕਾਫੀ ਨੁਕਸਾਨ ਸਾਡਾ ਹੋਇਆ ਦੂਜੀ ਗੱਲ ਇਹ ਸੀ ਕਿ ਅਸੀਂ ਬੜੇ ਜਿਹੜੇ ਪੰਜਾਬੀ ਓਵਰ ਕੰਫੀਡੈਂਟ ਵੀ ਰਹਿੰਦੇ ਹਮੇਸ਼ਾ ਕਿ ਮੈਨੂੰ ਕੀ ਹੋਣ ਲੱਗਿਆ ਮੈਂ ਤਾਂ ਬਹੁਤ ਠੀਕ ਠਾਕ ਐ ਪਰ ਮੈਂ ਦੱਸਣਾ ਚਾਹਣਾ ਕਿ ਲਾਸਟ ਜੋ ਪਿਛਲੇ ਸਾਡੇ ਰਿਕਾਰਡ ਰਿਹਾ ਕਿ ਸਾਡੀ ਜਿਹੜੀ ਪੋਜ਼ਿਟਿਵਿਟੀ ਆ ਉਹ ਸ਼ਹਿਰਾਂ ਦੀ 73% ਸੀ ਤੇ ਪਿੰਡਾਂ ਦੀ 2.5% ਸੀ ਪਰ ਜਿਹੜਾ ਡੈਥ ਰੇਟ ਆ ਇਸ ਵੇਲੇ ਉਪਿੰਡਾਂ ਦਾ ਬਹੁਤ ਥਾਈ ਆ 53.40 ਆ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੇ ਹੋਏ ਮਾਸਕ ਨਹੀਂ ਪਾਉਂਦਾ ਕੋਈ ਸੋਸ਼ਲ ਡਿਸਟੈਂਸ ਦੀ ਗੱਲ ਨਹੀਂ ਕਰਦੇ ਇੰਨੀ ਅਵੇਅਰਨੈਸ ਡਰਾਈਵ ਚਲਾਉਣ ਦੇ ਬਾਵਜੂਦ ਕੋਈ ਹੈਂਡ ਸੈਨੀਟਾਈਜ਼ ਨਹੀਂ ਕਰਦਾ ਇਵਨ ਜਿਹੜੇ ਉਹ ਕਹਿੰਦੇ ਇਹ ਜਿਹੜੀ ਜਿਹੜੇ ਸਾਡੇ ਕੋਲ ਸਪੋਲਿਟਿਕਲ ਪਾਰਟੀਆਂ ਨੇ ਉਹਨਾਂ ਨੇ ਵੀ ਜਾਂ ਸੋਸ਼ਲ ਮੀਡੀਆ ਤੇ ਜਾਂ ਐਦਾਂ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਜੇ ਤਾਂ ਕੋਈ ਬਿਮਾਰੀ ਨਹੀਂ ਹੈ ਲੇਕਿਨ ਜਦੋਂ ਅਸੀਂ ਉਸ ਗੱਲ ਤੋਂ 780 ਬੰਦਿਆਂ ਦੇ ਖਿਲਾਫ ਐਫ ਆਈ ਆਰ ਲੋਜ ਕਰਾਈ ਕਿ ਇਹ ਗਲਤ ਘਬਰਾਹ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਉਸ ਤੋਂ ਬਾਅਦ ਥੋੜਾ ਕੰਟਰੋਲ ਹੋਇਆ ਅੱਜ ਵੀ ਕਈ ਬੰਦੇ ਜਿਹੜੇ ਆਪਣੀ ਮੈਂ ਕੇਜਰੀਵਾਲ ਦੀ ਗੱਲ ਕਰਨੀ ਚਾਹੁੰਦਾ ਦਿੱਲੀ ਚੋ ਪ੍ਰੋਟੋਕੋਲ ਦੀ ਗੱਲ ਕਰਦਾ ਤੇ ਸਾਡੇ ਇੱਥੇ ਆ ਕੇ ਉਹ ਹਜ਼ਾਰਾਂ ਦੀ ਰੈਲੀ ਕਰਕੇ ਜਾਂਦਾ ਤੇ ਇਹ ਬੜੀ ਬੰਦਪਾਗੀ ਗੱਲ ਆ ਕਿ ਅਸੀਂ ਲੋਕਾਂ ਨੂੰ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਸਿਆਸਤ ਹੋ ਰਹੀ ਹੈ ਜਿਆਦਾ ਇਸ ਮੁੱਦੇ ਤੇ ਦੇਖੋ ਸਿਆਸਤ ਮੈਂ ਨਹੀਂ ਕਹਿੰਦਾ ਸਿਆਸਤ ਹੋ ਰਹੀ ਹੈ ਹਾਂ ਪਰ ਜਦੋਂ ਇਹ ਸਾਨੂੰ ਪਤਾ ਵੀ ਬੜੀ ਭਿਆਨਕ ਖਤਰਨਾਕ ਬਿਮਾਰੀ ਆ ਤੇ ਇਹਦੇ ਨਾਲ ਲੜਨਾ ਵਾਸਤੇ ਸਾਨੂੰ ਜੋ ਪ੍ਰੋਟੋਕੋਲ ਜੋ WHO ਨੇ ਜਾਰੀ ਕੀਤਾ ਸਾਡੀ ਪੰਜਾਬ ਸਰਕਾਰ ਦੀ ਬਿਲਕੁਲ ਨਾ ਮੰਨਣ ਉਹ ਨਹੀਂ ਠੀਕ ਹੈ ਜੋ ਨੈਸ਼ਨਲ ਗਾਈਡਲਾਈਨਸ ਨੇ ਜਾਂ ਨੈਸ਼ਨਲ ਡਵਾਈਸਰੀ ਆ ਉਹਨੂੰ ਤਾਂ ਫੋਲੋ ਕਰਨ ਨਹੀਂ ਸਰਦੂ ਸਾਹਿਬ ਜਿਹੜਾ ਜਿਹੜਾ ਇਸ਼ਾਰਾ ਤੁਸੀਂ ਹੁਣ ਕਰਤਾ ਮੇਰਾ ਸਵਾਲ ਵੀ ਇਸੇ ਰਿਲੇਟਡ ਆ ਕਿ ਲੋਕ ਇਹ ਕਹਿ ਰਿਹਾ ਹੈ ਇਹ ਇਸ ਬਿਮਾਰੀ ਨੂੰ ਸਿਆਸੀ ਹਥਿਆਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਦੋਂ ਕਹਿੰਦੇ ਸਿਆਸੀ ਲੋਕਾਂ ਨੇ ਰੈਲੀਆਂ ਕਰਨੀਆਂ ਉਦੋਂ ਤੱਕ ਕੁਝ ਨਹੀਂ ਹੋਇਆਗਾ ਮੈਂ ਕਹਲਾ ਅਰਵਿੰਦ ਕੇਰੀ ਵਾਲਾ ਜ਼ਿਕਰ ਨਹੀਂ ਕਰ ਰਿਹਾ ਸਰ ਹੋਰ ਸੂਬਿਆਂ ਚ ਜਿੱਥੇ ਇਲੈਕਸ਼ਨ ਹੋ ਰਹੀਆਂ ਉਹਨਾਂ ਦਾ ਜ਼ਿਕਰ ਵੀ ਹੋ ਰਿਹਾ ਸਾਰੇ ਲੋਕ ਇਹ ਸਵਾਲ ਕਰਦੇ ਪਿਆ ਨਹੀਂ ਉਦੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਬੜਾ ਸਵਿਰ ਅਟੈਕ ਹੈਗਾ ਅਸੀਂ ਨਾਲ ਦੇ ਨਾਲ ਅਸੀਂ ਆਪਣੇ ਸਾਡੇ ਸੀਐਮ ਸਾਹਿਬ ਨੇ ਸਾਡੇ ਪੰਜਾਬ ਦੇ ਪ੍ਰਧਾਨ ਜਕੜ ਸਾਹਿਬ ਨੇ ਸਾਡੇ ਜਿੰਨੇ ਪੋਲੀਟੀਕਲ ਐਕਟੀਵਿਟੀ ਸਾਰੀਆਂ ਬੰਦ ਕੀਤੀਆਂ ਲੈਕਿਨ ਕੁਝ ਲੋਕ ਜਿਹੜੇ ਸੀਗੇ ਠੀਕ ਆ ਉਹਨਾਂ ਨੂੰ ਪ੍ਰੋਗਰਾਮ ਤੈਸਦਾ ਪ੍ਰੋਗਰਾਮ ਸੀ ਉਹ ਨਹੀਂ ਯਾਦ ਕਰ ਸਕਦੇ ਸੀ ਲੇਕਿਨ ਉਹਨਾਂ ਨੂੰ ਇਹ ਗੱਲ ਜ਼ਰੂਰ ਧਿਆਨ ਰੱਖਣੀ ਚਾਹੀਦੀ ਹੈ ਕਿ ਜੇ ਲੋਕ ਰਣਗ ਦਾ ਵੋਟਾਂ ਪਾਣਗੇ ਜੇ ਲੋਕ ਨੇ ਤਾਂ ਵੋਟਾਂ ਕਿੱਥੋਂ ਪਾਣਗੇ ਅਸੀਂ ਲੋਕਾਂ ਦੀ ਲਾਈਫ ਨਾ ਖਿਲਵਾੜਨਾ ਕਰੀਏ ਅਸੀਂ ਜੇਕਰ ਕੋਈ ਰੈਲੀ ਕਰਨੀ ਵੀ ਹੈ ਜਾਂ ਕੁਝ ਕਰਨਾ ਕੋਈ ਰੋਕਦਾ ਥੋੜੋ ਹੈ ਲੇਕਿਨ ਉੱਥੇ ਪ੍ਰੋਟੋਕੋਲ ਦੀ ਲੰਘਣਾ ਤੈਨੂੰ ਪੈਲੇਸ਼ਨ ਪੈਲੇਸ਼ਨ ਨਹੀਂ ਹੋਣੀ ਚਾਹੀਦੀ ਨਹੀਂ ਸਿੱਧੂ ਸਾਹਿਬ ਤੁਸੀਂ ਕਰੋਨਾ ਨੂੰ ਬਿਮਾਰੀ ਤਾਂ ਮੰਨਦੇ ਪਏ ਹੋ ਤੁਸੀਂ ਇਹ ਵੀ ਕਹਿੰਦੇ ਪਏ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈਗੀ ਆ ਸਾਰੇ ਪੋਲੀਟੀਕਲ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਆਮ ਲੋਕਾਂ ਨੂੰ ਵੀ ਪਰ ਸਰ ਲੋਕ ਜਿਹੜੀ ਗੱਲ ਕਹਿੰਦੇ ਆ ਵੀ ਇਸ ਨੂੰ ਸਿਆਸੀ ਹਥਿਆਰ ਬਣਾਇਆ ਜਾ ਰਿਹਾ ਤੁਸੀਂ ਇਸ ਨਾਲ ਸਹਿਮਤ ਹੋ ਬਿਲਕੁਲ ਗਲਤ ਗੱਲ ਹੈ ਸਿਆਸੀ ਹਥਿਆਰ ਕੋਈ ਨਹੀਂ ਤੁਸੀਂ ਜਦੋਂ ਅਸੀਂ ਜਾਣਿਆ ਕਿਸੇ ਮੈਂ ਤਾਂ ਆਪ ਖੁਦ ਕਰਮਿਸ਼ਨ ਤੇ ਜਾਂਦਾ ਰਿਹਾ ਹਾਂ ਮੈਂ ਖੁਦ ਕ੍ਰਿਮਿਸ਼ਨਾਂ ਮੇਰੇ ਚਿਤਾਵਲੀ ਪਿੰਡ ਦਾ ਸਰਪੰਚ ਸੀ ਜਸੜਾ ਅੌਰੰਗ ਸ਼ਰਮਾ ਜਿਹੜਾ ਐਸਐਮਓ ਸੀ ਮੈਂ ਉਹਦੇ ਸਸਕਾਰ ਤੇ ਵੀ ਗਿਆ ਉਹਨਾਂ ਪਰਿਵਾਰਾਂ ਨੂੰ ਕੁਝ ਹੋ ਜਾ ਕੇ ਜਿੰਨਾਂ ਪਰਿਵਾਰਾਂ ਦੇ ਉੱਤੇ ਮੀਤਦੀ ਹੈ ਜਿਸ ਪਰਿਵਾਰ ਦਾ ਇੱਕ ਬਹੁਤ ਮੈਂ ਕਹਿੰਦਾ ਵੀ ਇੰਪੋਰਟੈਂਟ ਬੰਦੇ ਚਲੇ ਗਏ ਕਿ ਕਿੰਨੇ ਕਿੰਨੇ ਕੋਈ ਐਮਪੀ ਚਲੇ ਗਏ ਕਿ ਮੰਤਰੀਾਂ ਦੀ ਵੀ ਡੈਥ ਹੋਈ ਹੈ ਕਿ ਐਮਐਲਏ ਦੀ ਵੀ ਡੈਥ ਹੋਈ ਹੈ ਕਈ ਚੰਗੇ ਜਿਹੜੇ ਸਾਡੇ ਕਲਾਕਾਰ ਸੀਗੇ ਉਹ ਵੀ ਵਿਚਾਰੇ ਸਰਦੂਰ ਸਿਕੰਦਰ ਵਰਗੇ ਇਸ ਦੀ ਪੇਟਾ ਚੜ੍ਹੇ ਨੇ ਤੇ ਲੇਕਿਨ ਅਸੀਂ ਜੇ ਇਹਨੂੰ ਸਿਆਸਤ ਕਰਨ ਵਾਸਤੇ ਬਹੁਤ ਸਮਾਂ ਪਿਆ ਹਲੇ ਸਿਆਸਤ ਕਰਨ ਵਾਸਤੇ ਬਹੁਤ ਸਮਾਂ ਪਿਆ ਜਿਹੜੀ ਗੱਲ ਇਲੈਕਸ਼ਨ ਦੀ ਤੁਸੀਂ ਕਰ ਕਰ ਬਾਅਦ ਨੇ ਸਟੇਟਾਂ ਦੀ ਇੱਕ ਕਨਸਟੀਚਿਊਸ਼ਨਲ ਉਹ ਹੁੰਦਾ ਹੈ ਕਿ 5 ਸਾਲਾਂ ਬਾਅਦ ਹਰ ਇਲੈਕਸ਼ਨ ਹੋਣਾ ਹੁੰਦਾ ਹੈ ਉਹ ਸੰਵਿਧਾਨ ਦੇ ਵਿੱਚ ਦੀ ਜੇ ਅਸੀਂ ਨਹੀਂ ਕਰਾਉਦੇ ਤਾਂ ਤੁਸੀਂ ਉਹਨੂੰ ਸਰਕਾਰ ਨੂੰ ਕੰਟੀਨਿਊ ਨਹੀਂ ਕਰ ਸਕਦੇ ਜਿਹੜਾ ਇੱਕ ਸਾਡੀ ਮਜਬੂਰੀ ਬਣੇ ਸਰਕਾਰਾਂ ਦੀ ਮਜਬੂਰੀ ਬਣਦੀ ਆ ਪਰ ਜਿਹੜੇ ਲੋਕਾਂ ਬਿਨਾਂ ਅੱਜ ਹਲੇ 50 ਤੱਕ ਇਲੈਕਸ਼ਨ ਨਹੀਂ ਹੋ ਰਿਹਾ ਨਾ 50 ਤੱਕ ਇਲੈਕਸ਼ਨ ਹੋਣੇ ਇੱਕ ਸਾਲ ਬਾਕੀ ਆ ਜਿੰਨਾ ਟਾਈਮ ਵਰਕੇ ਜ ਜਨੀਦਰ ਅਸੀ ਜੇ ਪ੍ਰਕੌਸ਼ਨ ਪਹਿਲਾਂ ਲੈ ਲਾਂਗੇ ਜੇ ਹੁਣ ਅਸੀਂ ਲੋਕਡਾਊਨ 14 ਦਿਨਾਂ ਦੇ ਵਾਸਤੇ ਰਾਤ ਨੂੰ ਅਸੀਂ 9 ਵਜੇ ਤੋਂ ਬਾਅਦ ਕਰਫਿਊ ਵੀ ਲਾਇਆ ਹੈਗਾ ਅਸੀਂ ਜਿਹੜੇ ਮਾਲ ਨੇ ਉਹਨਾਂ 'ਚ ਵੀ ਅਸੀਂ ਜਿਹੜੀ ਗਿਣਤੀ 100 ਬੰਦਿਆਂ ਦੀ ਕਰਤੀ ਹੈਗੀ ਆ ਅਸੀਂ ਜਿਹੜਾ ਸਿਨੇਮਾ ਹਾਲ ਆ ਉਹ ਵੀ ਉਹਦੇ ਅਕੁਪੈਂਸੀ 50% ਕਰਤੀ ਹੈਗੀ ਆ ਰੈਸਟੋਰੈਂਟ ਵੀ 9 ਵਜੇ ਬੰਦ ਕਰਤੇ ਹੈਗੇ ਨੇ ਹੋਟਲ ਵੀ 9 ਵਜੇ ਰਾਤ ਨੂੰ ਬੰਦ ਕਰਤੇ ਨੇ ਤੇ ਸਾਰੇ ਜਿਹੜੇ ਗਤੀਵਿਧੀਆਂ ਉਹ ਸਾਰੇ ਰਾਤ ਨੂੰ ਬੰਦ ਕਰਤੀਆਂ ਹੈਗੀਆਂ ਨੇ ਕਿ ਇਹ ਲੋਕ ਇਹ ਗੱਲ ਨਹੀਂ ਸਮਝਦੇ ਨਹੀਂ ਲੋਕੀ ਇਹ ਸਵਾਲ ਵੀ ਕਰਦੇ ਪਏ ਆ ਜੀ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਫੋਲੋ ਕਰਦੇ ਹੋਵੋਗੇ ਸਾਰੀ ਚੀਜ਼ ਦੇਖਦੇ ਪਏ ਹੋ ਲੋਕੀ ਮਜ਼ਾਕ ਕਰਦੇ ਪਏ ਆਂਦਾ ਕਿ ਕਰੋਨਾ ਰਾਤ ਨੂੰ ਹੁੰਦਾ ਜਾਂ ਟਾਈਮ ਦੱਸ ਕੇ ਹੁੰਦਾ ਨੋ 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 ਹਾਂ ਜਿਹੜੇ ਸਾਡਾ ਸਿਸਟਮ ਹੈ ਸਾਡੇ ਸਿਸਟਮ ਵਿੱਚ ਕੀ ਹੈ ਪਹਿਲਾਂ ਤਾਂ ਸਾਡੇ ਟਰਾਂਸਪੋਰਟੇਸ਼ਨ ਟਰਾਂਸਪੋਰਟ ਜਿੰਨਾ ਮਾਈਗਰੇਟ ਆਪਣਾ ਲੋਕ ਮਾਈਗਰੇਟ ਹੋ ਕਾਉਂਦੇ ਨੇ ਪੰਜਾਬ ਚ ਆਉਂਦੇ ਨੇ ਚਾਹੇ ਉਹ ਮਹਾਰਾਸ਼ਟਰ ਦਾ ਟਰੱਕ ਆਉਂਦਾ ਫਰੂਟ ਆਉਂਦਾ ਕੋਈ ਹੋਰ ਚੀਜ਼ ਆਉਂਦੀ ਹੈ ਜੇਕਰ ਉਹ ਟਾਈਮ ਨਾਲ ਆਉਣਗੇ ਸਕਰੀਨਿੰਗ ਹੋ ਜਾਏਗੀ ਤਾਂ ਉਹ ਦਿਨ ਕੁਝ ਨਹੀਂ ਹੁੰਦਾ ਜੇ 에어ਪੋਰਟ ਤੇ ਬੰਦੇ ਟਾਈਮ ਉਤਰਨਗੇ ਅਸੀਂ ਸਕਰੀਨਿੰਗ ਟੈਸਟਿੰਗ ਸਭ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਜਿਹੜੀ ਐਦਾਂ ਰਾਤ ਨੂੰ ਬੰਦੇ ਬਿਨਾ ਦੱਸੇ ਬਿਨਾ ਸੋਚੇ ਉੱਥੇ ਆ ਕੇ ਐਂਟਰ ਹੋ ਜਾਂਦੇ ਆ ਤੇ ਪਲੱਸ ਜਿਹੜੇ ਰਾਤ ਨੂੰ ਫੰਕਸ਼ਨ ਜਿਹੜੇ ਸਾਡੀਆਂ ਵਿਆਹ ਸ਼ਾਦੀਆਂ ਨੇ ਉਹ ਰਾਤ ਨੂੰ 2-2 ਵਜੇ ਤੱਕ ਚੱਲਦੇ ਰਹਿੰਦੇ ਆ ਜਾਂ ਜਿਹੜੇ ਹੋਟਲਾਂ ਦੇ ਵਿੱਚ ਹਾਤਿਆਂ ਦੇ ਵਿੱਚ ਲੋਕੀ ਰਾਤ ਦੇ 10 12 12 ਵਜੇ ਤੱਕ ਬੈਠੇ ਰਹਿੰਦੇ ਆ ਉਹਨਾਂ ਲੋਕਾਂ ਨੂੰ ਰੋਕਣ ਵਾਸਤੇ ਕੁਛ ਨਾ ਕੁਛ ਤਾਂ ਸਾਨੂੰ ਸਪੋਰਟ ਮਿਲਦੀ ਹੈ ਨਾ ਬਲੀ ਸਿੱਧੂ ਜੀ ਥੋੜਾ ਜਿਹਾ ਅੱਗੇ ਵਧੀਏ ਮੈਂ ਡਾਕਟਰ ਸੀ ਗੱਲ ਕਰ ਰਿਹਾ ਮੈਡੀਕਲ ਸਾਇੰਸ ਦੀ ਗੱਲ ਹੋਣੀ ਲਾਜ਼ਮੀ ਹੈ ਕਿਉਂਕਿ ਮੈਡੀਕਲ ਸਾਇੰਸ ਦੀ ਗੱਲ ਹੋ ਰਹੀ ਹੈ ਸਾਰੇ ਮੁੱਦੇ ਤੇ ਬਲੀ ਸਿੱਧੂ ਜੀ ਜਿਹੜਾ ਐਤ ਕੀ ਤੁਸੀਂ ਬਜਟ ਰੱਖਿਆ ਹੈ ਸਿਹਤ ਦਾ ਤੇ ਉਸ ਬਜਟ ਵਿੱਚ ਤੁਸੀਂ ਜ਼ਿਆਦਾ ਬਿਲਡਿੰਗਸ ਦੀ ਗੱਲ ਕੀਤੀ ਹੈ ਜਦ ਕਿ ਉਹਦੇ ਨਾਲ ਨਾਲ ਸਪੈਸ਼ਲਿਸਟ ਡਾਕਟਰ ਚਾਹੀਦੇ ਆ ਸਟਾਫ ਚਾਹੀਦਾ ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਅਸੀਂ 11000 ਬੰਦਾ ਭਰਤੀ ਕੀਤਾ ਆਪਣੇ ਡਿਪਾਰਟਮੈਂਟ ਦੇ ਵਿੱਚ ਉੱਚ ਅਸੀਂ ਡਾਕਟਰ ਵੀ ਭਰਤੀ ਕੀਤੇ ਨੇ ਡਾਕਟਰ 500 ਮੈਡੀਕਲ ਅਫਸਰ ਭਰਤੀ ਕੀਤਾ 800 ਕੁ ਸਪੈਸ਼ਲਿਸਟ ਦੀ ਵਾਕਰ ਇੰਟਰਵਿਊ ਪ੍ਰੋਸੈਸਿੰਗ ਨੂੰ ਚੱਲਦੀ ਰਹਿੰਦੀ ਹੈ ਜਿਹੜੀ ਕਿ ਅਸੀਂ ਬੰਦ ਹੀ ਨਹੀਂ ਕਰਦੇ ਕਦੇ ਪਲੱਸ ਅਸੀਂ ਜਿਹੜਾ ਜਿੰਨਾ ਵੈਕਲੌਗ ਸੀਗਾ ਉਹਨੂੰ ਵੀ ਪੂਰਾ ਕੀਤਾ ਹੈ ਪਲਸ ਐਨ ਐਚ ਐਮ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ ਤਹਿਤ ਭਰਤੀ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਅਸੀਂ 2820 ਜਿਹੜੇ ਕਿ ਅਸੀਂ ਆਪਣਾ ਪੰਜਾਬ ਤੰਦਰੁਸਤ ਸਿਹਤ ਕੇਂਦਰ ਪੰਜਾਬ ਦੇ ਵਿੱਚ ਕਾਰਸ਼ੀਲ ਕੀਤੇ ਨੇ ਅਸੀਂ ਹਰ ਪ੍ਰਾਇਮਰੀ ਹੈਲਥ ਸੈਂਟਰ ਤੇ ਸਬ ਸੈਂਟਰ ਤੇ ਉਸ ਤੋਂ ਬਾਅਦ ਕਮਿਊਨਿਟੀ ਹੈਲਥ ਸੈਂਟਰ ਦੇ ਸਬ ਡਵੀਨਸ ਸੈਂਟਰ ਦੇ ਵਿੱਚ ਪਲਸ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਹਰ ਜਗ੍ਹਾ ਤੇ ਅਸੀਂ ਜਿਹੜਾ ਵੈਕਸੀਨੇਸ਼ਨ ਦਾ ਵੀ ਨਾਲ ਕੰਮ ਸਟਾਰਟ ਕੀਤਾ ਹੈ ਪਲਸ ਸੈਂਪਲਿੰਗ ਦਾ ਕੰਮ ਸ਼ੁਰੂ ਕੀਤਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਸਟਾਫ ਪੂਰਾ ਪ੍ਰੋਵਾਈਡ ਕੀਤਾ ਹੈ 1000 ਕਰੋੜ ਰੁਪਏ ਅਸੀਂ ਇਸ ਚੀਜ਼ ਤੇ ਖਰਚ ਕੀਤਾ ਕਿ ਅਸੀਂ ਇਹਨੂੰ ਕੰਟਰੋਲ ਕਰਨਾ ਹੈਗਾ ਤੁਸੀਂ ਅੱਗੇ ਨਾਲ ਬਜਟ ਘਟਾਇਆ ਨਹੀਂ ਅਸੀਂ ਕੋਈ ਬਜਟ ਘਟਾਇਆ ਵਧਾਇਆ ਹੈ ਬਜਟ ਕਿੰਨਾ ਬਜਟ ਹੈ ਸੋ ਐਸਪਰਸ ਨਾਲ ਇਹਦਾ ਬਜਟ ਟੋਟਲ ਕੋ 3800 ਸਮਥਿੰਗ ਕਰੋੜ ਹੈਗਾ ਇਸ ਤੋਂ ਪਿਛਲੀ ਵਾਰ ਮੈਨੂੰ ਲੱਗਾ 4000 ਕਰੋੜ ਦੇ ਨੇੜੇ ਨਹੀਂ ਨਹੀਂ ਐਸ ਕੀ 100 150 ਕਰੋੜ ਫਾਦਰ ਜਿਹੜਾ ਇਹ ਇੱਕ ਸਟੇਡ ਡਿਜੈਸਟਲ ਫੰਡ ਹੁੰਦਾ ਉਹ ਵੱਖਰਾ ਹੁੰਦਾ ਜਿਹੜੀ ਕਿ ਕਿਸ ਕੁਦਰਤੀ ਕੋਈ ਐਦਾਂ ਦੀ ਉਹ ਹੁੰਦੀ ਆ ਜਦੋਂ ਮਹਾਮਾਰੀ ਆਉਂਦੀ ਆ ਤਾਂ ਉਹਦੇ ਤੇ ਖਰਚ ਕੀਤੇ ਨਾ ਉਹ ਇੱਕ ਸੈਪਰਟ ਫੰਡ ਹੁੰਦਾ ਜਿਹੜਾ ਸਾਡਾ ਆਪਣਾ ਫੰਡ ਜਿਹੜਾ ਉਹ ਉਹਦੇ ਚ ਅਸੀਂ ਵਾਅਦਾ ਕੀਤਾ ਹੈ ਤੁਸੀਂ ਇੰਨਾ ਕੁਝ ਗਿਨਾ ਹੈ ਕਿ ਅਸੀਂ ਬਾਇਟ ਵਿੱਚ ਵੀ ਅਲੋਕੇਸ਼ਨ ਜਿਹੜੀ ਵਧਾਈ ਹੈ ਸਟਾਫ ਵੀ ਅਸੀਂ ਰੱਖਿਆ ਹੈ ਇਸ ਸਭ ਦੇ ਬਾਵਜੂਦ ਮੈਂ ਲੋਕਾਂ ਦੇ ਸਵਾਲ ਕਰਦਾ ਸੀ ਤੁਸ ਜੀ ਸਾਹਿਬ ਲੋਕ ਇਹ ਸਵਾਲ ਕਰਦੇ ਆ ਕਿ ਜਦੋਂ ਇਹ ਵੱਡੇ ਲੀਡਰ ਬਿਮਾਰ ਹੁੰਦੇ ਆ ਉਦੋਂ ਫਿਰ ਪੰਜਾਬ ਦੇ ਹਸਪੀਟਲ ਵਿੱਚ ਐਡਮਿਟ ਕਿਉਂ ਨਹੀਂ ਹੁੰਦੇ ਕਿ ਬਾਹਰ ਕਿਉਂ ਜਾਂਦੇ ਨੇ ਨਹੀਂ ਇਹ ਗੱਲ ਨਹੀਂ ਹੁੰਦੀ ਮੈਂ ਸਮਝ ਗੱਲ ਦੱਸਣੀ ਚਾਹੁੰਦਾ ਹੈ ਕਿ ਵੀ ਮੈਨੂੰ ਵੀ ਕਿਹਾ ਸੀ ਮੈਨੂੰ ਕੋਵਿਡ ਹੋਇਆ ਸੀ ਜੇ ਮੈਂ ਅੱਜ ਮੈਂ ਅਫੋਰਡ ਕਰ ਸਕਦਾ ਤਾਂ ਮੈਨੂੰ ਸਪੈਰਡਸ ਤੋਂ ਚਲਾ ਗਿਆ ਜੇ ਮੈਂ ਸਰਕਾਰੀ ਹਸਪਤਲ ਜਾ ਕੇ ਦਾਖਲ ਹੋਣਾ ਜਿੱਥੇ ਇੱਕ ਆਮ ਬੰਦੇ ਨੂੰ ਜ਼ਰੂਰਤ ਹੈਗੀ ਬੈੱਡ ਦੀ ਉੱਥੇ ਮੈਂ ਜਾ ਕੇ ਪੈ ਜਾਵਾਂ ਤਾਂ ਉਹ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ हां ठीक कर है ਜਿਹੜੇ ਲੋਕਾਂ ਨੇ ਬਾਹਰ ਜਾ ਕੇ ਇਲਾਜ ਕਰਾਇਆ ਜਿਹੜੇ ਲੋਕਾਂ ਨੇ ਬਾਹਰ ਜਾ ਕੇ ਕੋਈ ਜਿਵੇਂ ਆਪਾ ਬਾਦਲ ਸਾਹਿਬ ਫੈਮਿਲੀ ਆ ਉਹਨਾਂ ਨੇ ਪਹਿਲਾਂ ਮੈਸੇਜ ਬਾਦਲ ਦਾ ਕੈਂਸਰ ਦਾ ਇਲਾਜ ਬਾਹਰੋਂ ਸਰਕਾਰੀ ਖਰਚੇ ਦੇ ਕਰਾਇਆ ਬਾਦਲ ਸਾਹਿਬ ਖੁਦ ਬਾਰੀ ਸਰਕਾਰੀ ਖਰਚੇ ਕਰਾ ਕੇ ਆਏ ਨੇ ਆਪ ਈਵਨ ਹੁਣ ਉਹਦਾ ਬੇਟਾ ਪੋਜ਼ਿਟਿਵ ਹੋਇਆ ਤਾਂ ਉਹਨੂੰ ਬਦਨਤਾ ਸੀ ਕਿਹਾ ਜਿਹੜਾ ਕੇਜਰੀਵਾਲ ਗੱਲਾਂ ਕਰਦਾ ਹੈ ਕੇਜਰੀਵਾਲ ਖੁਦ ਬੰਗਲੌਰ ਜਾ ਕੇ ਆਪਣੀ ਖਾਂਸੀ ਦੀ ਦਵਾਈ ਖਾਂਦਾ ਰਿਹਾ ਉਸ ਜਗ੍ਹਾ ਅਡੇਮਿਟ ਹੋਇਆ ਲੇਕਿਨ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀਆਈਪੀ ਬੰਦਾ ਜਦੋਂ ਕਦੇ ਹਸਪੀਟਲ ਆ ਜਾਂਦਾ ਬਾਕੀ ਲੋਕਾਂ ਦੀ ਉਹ ਇਗਨੋਰ ਹੋ ਜਾਂਦੇ ਨੇ ਔਰ ਵੀਆਈਪੀ ਪਰ ਸਰ ਲੋਕਾਂ ਸਰ ਲੋਕਾਂ ਧਿਆਨ ਹੋ ਜਾਂਦਾ ਹੈ ਇੱਕ ਕੈਂਸਰ ਦਾ ਬਹੁਤ ਵੱਡਾ ਮਸਲਾ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਤੁਹਾਡੇ ਧਿਆਨ ਵਿੱਚ ਹੈ ਉਹਦੇ ਲਈ ਮੁੱਖ ਮੰਤਰੀ ਰਿਲੀਫ ਫੰਡ ਵੀ ਰੱਖਿਆ ਹੋਇਆ ਹੈ ਕੀ ਉਹਨਾਂ ਲੋਕਾਂ ਤੱਕ ਇਮਦਾਦ ਪਹੁੰਚਦੀ ਪਈ ਹੈ ਜਿਹੜੇ ਲੋਕਾਂ ਤੱਕ ਪਹੁੰਚ ਨਹੀਂ ਬਿਲਕੁਲ ਮੈਂ ਤੁਹਾਨੂੰ ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਦੇ ਦੇਣਾ ਵੀ ਕੀ ਅਸੀਂ ਜਿਹੜੀ ਹੁਣ ਤੱਕ ਪਹੁੰਚਾਈ ਹੈ ਜਿਹੜਾ ਕੈਂਸਰ ਦਾ ਤੁਸੀਂ ਗੱਲ ਕੀਤੀ ਹੈ ਬੜੀ ਵਧੀਆ ਗੱਲ ਕੀਤੀ ਹੈ ਅਸੀਂ 1.5 ਲੱਖ ਰੁਪਏ ਤੱਕ ਜਿਹੜਾ ਕੈਸਲੈਸ ਇਲਾਜ ਹਰ ਇੱਕ ਬੰਦੇ ਦੇ ਜਿਹੜਾ ਮਨ ਦਾ ਕੈਂਸਰ ਤੋਂ ਪਰੇਸ਼ਿਤ ਹੈਗਾ ਤੇ ਅਸੀਂ ਲਾਸਟ ইয়ার ਚ 300 26878 ਕੇਸ ਨੂੰ 374.43 ਕਰੋੜ ਰੁਪਏ ਦੀ ਬਜਟ ਜਾਰੀ ਕੀਤੀ ਗਈ ਹੈ ਔਰ ਅਸੀਂ 150 ਕਰੋੜ ਦਾ ਵਜਟ ਇਸ ਵਾਰ ਉਪਤ ਕੀਤਾ ਹੈ ਫਿਰ ਅਸੀਂ ਕੈਂਸਰ ਹਸਪੀਟਲ ਇੱਕ ਫਾਇਲਕਾਰ ਬਣ ਕੇ ਤਿਆਰ ਹੋ ਗਿਆ ਦੂਸਰਾ ਸ਼ਹਿਰਪੁਰ ਚ ਬਣਾਉਣੇ ਜਾ ਰਹੇ ਆ ਤੀਸਰਾ ਅਸੀਂ ਜਿਹੜਾ ਟਾਟਾ ਜਿਹੜਾ ਮੈਮੋਰੀਅਲ ਜਿਹੜਾ ਸਾਡਾ ਇੰਸਟੀਚੂਟ ਹੈਗਾ ਆਪਣਾ ਹੌਮੀਪਾਵਾ ਸਰੂਰ ਦੇ ਵਿੱਚ ਉਹਨੂੰ ਅਸੀਂ ਪੂਰੀ ਬੰਦ ਦੇ ਰਹੇ ਆ ਉੱਥੇ ਵੀ ਕਦਾ ਲਾ ਕੇ ਤਾਹਣਾ ਜਿਹੜੀ ਸਾਰੇ ਸਵੱਤਛਿਤ ਬੀਮਾ ਯੋਜਨਾ ਹੈਗੀ ਆ ਉਹਦੇ ਤਹਿਤ ਵੀ ਅਸੀਂ ਜਿਹੜਾ ਕੀਮੋ ਦਾ ਹੈਗਾ ਉਹਦਾ ਖਰਚਾ ਸਰਕਾਰ ਅਫੋਰਡ ਕਰ ਰਹੀ ਹੈ ਬਿਲਕੁਲ ਫ੍ਰੀ ਹੋ ਕਾਸਟ ਕਰ ਰਹੀ ਹੈ ਸਰ ਕਈ ਜਗ੍ਹਾ ਤੇ ਰਿਪੋਰਟਸ ਇਹੋ ਜੀਆਂ ਕਿ ਕੋਈ ਫੇਕ ਡਾਟਾ ਸ ਜਿਹੜੇ ਹਸਪੀਟਲ ਵੱਲੋਂ ਕਲੈਕਟ ਕੀਤੇ ਗਏ ਅੰਦਾਜ਼ ਉਹਨਾਂ ਤੱਕ ਨਹੀਂ ਪਹੁੰਚੀ ਗਈ ਤੁਹਾਡੇ ਕੋਲ ਵੀ ਇਹੋ ਜਿਹੀ ਰਿਪੋਰਟਾਂ ਆਈਆਂ ਸਰ ਪੀਜੀਆਈ ਤੇ ਜਿਹੜਾ ਸਾਡਾ ਡਾਟਾ ਹੈਗਾ ਉਹ ਮੈਚ ਕਰਦਾ ਬਿਲਕੁਲ ਕੋਈ ਕੋਈ ਦੋ ਰਹਿ ਨਹੀਂ ਪੀਜੀਆਈ ਦਾ ਇੱਕ ਵੱਖਰਾ ਰੋਲ ਹੈਗਾ ਸਾਡੇ ਹਸਪੀਟਲ ਦਾ ਵੱਖਰਾ ਰੋਲ ਹੈਗਾ ਪੀਜੀਆਈ ਇੱਕ ਟਰਸਰੀ ਕੇ ਰਹਿ ਗਈ ਜਿੱਥੇ ਬਹੁਤ ਲੇਟ ਸਟੇਜ ਆ ਦੇ ਬੰਦਾ ਦਾਖਲ ਹੁੰਦਾ ਲੇਕਿਨ ਜਿਹੜੇ ਸਾਡੇ ਸਰਵਤ ਸਿਧਵੀ ਮੌਜੂਦਨਾ ਹੈਗੀ ਆ ਉਸ ਸੀਜੇ ਚ ਰੇਟ ਦੇ ਉੱਤੇ ਅਸੀਂ ਉਹਨਾਂ ਨੂੰ ਪੇ ਕਰਦੇ ਆਂ ਬਕਾਇਦਾ ਅਸੀਂ ਪ੍ਰੀਮੀਅਮ ਪੇ ਕਰਦੇ ਆਂ ਔਰ ਕਿਸੇ 5 ਲੱਖ ਤੱਕ ਦਾ ਜਿਹੜਾ ਬੰਦੇ ਕੋਈ ਕਾਰਡ ਬਣਿਆ ਉਹਦਾ ਕੋਈ ਵੀ ਇਲਾਜ ਟੋਟਲੀ ਉਸ ਪਰਿਵਾਰ ਦਾ ਫਰੀ ਹੈਗਾ ਨਹੀਂ ਹੁਣ ਕਰੋੜਾਂ ਰੁਪਇਆ ਕੈਂਸਰ ਯੋਜਨਾ ਤੇ ਲੱਗਦਾ ਪਿਆ ਤੁਹਾਨੂੰ ਪਤਾ ਇਸ ਬਾਰੇ ਇਲਮ ਹੈ ਫਰੀਦਕੋਟ ਤੋਂ ਇੱਕ ਰਿਪੋਰਟ ਇਹੋ ਜੀ ਆਉਂਦੀ ਹੈ ਕਿ ਉੱਥੇ ਪੈਸਾ ਜਿਹੜਾ ਬਾਅਦ ਚ ਵਾਪਸ ਕਰਨਾ ਪੈ ਰਿਹਾ ਹਸਪੀਟਲਸ ਨੂੰ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚੋਂ ਪੈਸਾ ਵਾਪਸ ਆਂਦਾ ਉਸ ਸੈਟ ਦੇ ਵਿੱਚ ਤੁਹਾਨੂੰ ਇਸ ਬਾਰੇ ਇਲਮ ਹੈ ਨਹੀਂ ਕਿਦਾਂ ਵਾਪਸ ਹੋਣਾ ਮੈਂ ਦੱਸੋੜੀ ਸੜੀ ਗੱਲ ਫੋਲ ਉਹ ਉਹਨਾਂ ਦੇ ਨਾਮ ਤੇ ਇਸ਼ੂ ਹੋਇਆ ਵੀ ਇਹ ਮਰੀਜ਼ ਹੈ ਉਸ ਤੋਂ ਬਾਅਦ ਉਸੇ ਧਰਨੇ ਲੱਗਦੇ ਆ ਉਸ ਤੋਂ ਬਾਅਦ ਕਰੋੜਾ ਰੁਪਇਆ ਉਸ ਹੈੱਡ ਵਿੱਚ ਵਾਪਸ ਭੇਜਣਾ ਪੈ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਹੁੰਦਾ ਆ ਆਮ ਤੌਰ ਤੇ ਕੀ ਹੁੰਦਾ ਹੈ ਜਿਹੜਾ ਬੰਦਾ ਆਪੀਡੀ ਹੋਵੇ ਇਨਡੋਰ ਪੇਸ਼ੈਂਟ ਹੁੰਦਾ ਹੈ ਉਹਦੇ ਪੈਸੇ ਅਸੀਂ ਸਿੱਧੇ ਹਸਪੀਟਲ ਪੇ ਕਰਦੇ ਆ ਜਿਹੜਾ ਬੰਦਾ ਕੀਮੋ ਆਜਾ ਹੋਰ ਆ ਉਹ ਰਿਮਬਰਸਮੈਂਟ ਦੇ ਪੈਸੇ ਦਿੱਤੇ ਜਾਂਦੇ ਨੇ ਲੇਕਿਨ ਜਿਹੜਾ ਆਪਣਾ ਸਰਬਸਤ ਬੀਮਾ ਯੋਜਨਾ ਹੈਗੀ ਆ ਉਹਦੇ ਵਿੱਚ ਵੀ ਕਹਿੰਦਾ ਉਹ ਹੈਲਥ ਕਾਰਡ ਮਿਲਦਾ ਹੈ ਹੈਲਥ ਕਾਰਡ ਲੈ ਕੇ ਉਹ ਬੰਦਾ ਉਸ ਤੋਂ ਆਪਣਾ ਇਲਾਜ ਕਰਾਉਂਦਾ ਉਹ ਫਿਰ ਜਿਹੜਾ ਹਸਪੀਟਲ ਆ ਕੋਈ ਕੋਈ ਵਾ ਇੰਸਟੀਚਿਊਟ ਜਿਹੜਾ ਹੈ ਸਾਡੇ ਨਾਲ ਸਾਡੇ ਪੈਨਲ ਐਂਬਲਮੈਂਟ ਤੇ ਹੈਗਾ ਜਾਂ ਸਾਡਾ ਸਰਕਾਰੀ ਹਸਪਤਾਲ ਹੈਗਾ ਕੁਝ ਪੈਕੇਜ ਅਸੀਂ ਆਪ ਪ੍ਰਚਰਵ ਕੀਤੇ ਨੇ ਕੁਝ ਬਾਕੀ ਜਿਹਨੇ ਜਿਆਦਾ ਵੱਡੇ ਸੀਰੀਅਸ ਕੇਸ ਨੇ ਜਾਂ ਬਾਈਪਾਸ ਸਰਜਰੀ ਆ ਉਹ ਬਾਹਰੋਂ ਹੁੰਦੀ ਹੈ ਉਹ ਸਿੱਧਾ ਕਲੇਮ ਇੰਸ਼ੋਰੈਂਸ ਇੱਕ ਥੋਕੇ ਤੋਂ ਕਰਦੇ ਨੇ ਤੇ ਉਹਨਾਂ ਨੂੰ ਪੈਸੇ ਵਾਪਸ ਆਉਂਦੇ ਜਿਹੜਾ ਜਿਹੜਾ ਸਰਕਾਰ ਇਲਾਜ ਕਰਦੀ ਹੈ ਉਹਦੀ ਰਿਮਬਰਸਮੈਂਟ ਸਰਕਾਰ ਨੂੰ ਵਾਪਸ ਆਉਂਦੀ ਹੈ ਤੁਸੀਂ ਇਹਦੇ ਵਿੱਚ ਕੋਈ ਨਾਕਾਮੀ ਨਹੀਂ ਮੰਨਦੇ ਆਪਦੇ ਮਹਿਕਮੇ ਦੀ ਨਹੀਂ ਨਾਕਾਮੀ ਕਿਉਂਕਿ ਉੱਥੇ ਧਰਨੇ ਲੱਗੇ ਸੀ ਸਿੱਧੂ ਸਾਹਿਬ ਤੁਹਾਨੂੰ ਪਤਾ ਐਸਾ ਨਹੀਂ ਧਰਨਾ ਕਹਿੰਦਾ ਧਰਨੇ ਵਾਲੀ ਗੱਲ ਜਿਹੜੀ ਹੈਗੀ ਉਹ ਮੈਡੀਕਲ ਐਜੂਕੇਸ਼ਨ ਐ ਰਿਸਰਚ ਇੰਸਟੀਚਿਊਟ ਐ ਮੈਡੀਕਲ ਯੂਨੀਵਰਸਿਟੀ ਹੈਗੀ ਐ ਉਹਦਾ ਕੋਈ ਹੋਰ ਮੁੱਦਾ ਹੋਣਾ ਹੈ ਧਰਨਾ ਲੱਗਣਾ ਇੱਕ ਹੋਰ ਚੀਜ਼ ਐ ਲੇਕਿਨ ਜਿੰਨਾ ਤੱਕ ਸਵਾਲ ਪਾਰਦਰਸ਼ਤਾ ਦਾ ਹੈਗਾ ਤੇ ਇਹ ਸੋਸਾਇਟੀ ਹੈਗੀ ਐ ਸੋਸਾਇਟੀ ਦੇ ਵਿੱਚ ਤੁਸੀਂ ਸਾਰੇ ਬੰਦੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਲੇਕਿਨ ਮੈਂ ਇਹ ਕਹਾਂ ਉਹ ਐਨੀ ਸਕਸੈਸਫੁਲ ਸਾਡੀ ਸਕੀਮ ਜਿਹੜੀ ਹੈਗੀ ਐ ਇੰਸ਼ੋਰੈਂਸ ਦੀ ਜ 657 ਕਰੋੜ ਰੁਪਏ ਦਾ ਲੋਕਾਂ ਦਾ 6 ਲੱਖ ਲੋਕਾਂ ਦਾ ਕੈਸ ਲੈਸਸੀ ਆਪਣਾ ਇਲਾਜ ਕਰਵਾਇਆ ਜਿਹੜਾ ਕਿ 1 ਰੁਪਈਆ ਲੱਗਾ ਜਿਨ੍ਹਾਂ ਦਾ ਜਿਨ੍ਹਾਂ ਨੇ ਗੋਡੇ ਵੀ ਬਦਲਵਾਏ ਨੇ ਜਿਨ੍ਹਾਂ ਨੇ ਆਪਣੇ ਬਾਈਪਾਸ ਸਰਜਰੀਆਂ ਵੀ ਕਰਾਈਆਂ ਨੇ ਕਿੱਡੀ ਦੇ ਕਰਾਈਆਂ ਨੇ ਹੋਰ ਜਿਹੜੇ ਗਲੋਬਲ ਰੇਡਰ ਫਰਸਟ੍ਰੇਟ ਦਾ ਕਿੰਨੇ ਵੀ ਜਿਹੜੇ ਡਿਲੀਵਰੀ ਨੇ ਜਿਹੜੀਆਂ ਜਾਂ ਹਾਈ ਰਿਸਕ ਪ੍ਰਗਨੈਂਸੀਆਂ ਨੇ ਉਹ ਸਾਰੀਆਂ ਵੀ ਇੱਥੇ ਕਵਰ ਹੁੰਦੀਆਂ ਨੇ ਹੈਪਾਟਾਈਟਸ ਸੀ ਦਾ ਬਹੁਤ ਵੱਡਾ ਮਾਮਲਾ ਹੈ ਤੁਹਾਡੇ ਧਿਆਨ ਵਿੱਚ ਆ ਉਹਦੇ ਬਿਲਕੁਲ ਅਸੀਂ ਉਹਦੇ ਬੜਾ ਜ਼ੋਰ ਨਾਲ ਲੱਗੇ ਹੋਏ ਆ ਅਸੀਂ ਉਹਦੇ ਜੀ ਤਕਰੀਬਨ ਅਸੀਂ ਕੋਈ ਜਿਹੜੇ ਕੇਸ ਡਿਟੈਕਟ ਕੀਤੇ ਨੇ ਉਹਦੇ ਚੋਂ 93% ਜਿਹੜੇ ਕੇਸ ਰਿਕਵਰੀ ਵੱਲ ਜਾ ਰਹੇ ਨੇ ਉਹਦਾ ਟੋਟਲੀ ਜਿਹੜਾ ਟੈਸਟ ਦਾ ਵੀ ਤੇ ਇਲਾਜ ਵੀ ਸਾਰਾ ਟੋਟਲੀ ਸਰਕਾਰ ਫ੍ਰੀ ਕਰਦੀ ਹੈ ਸਾਡਾ ਪੰਜਾਬ ਬੜਾ ਖੁਸ਼ਹਾਲ ਰਿਹਾ ਸਿੱਧੂ ਸਾਹਿਬ ਅਸੀਂ ਇਸ ਨੂੰ ਖੁਸ਼ਹਾਲ ਪੰਜਾਬ ਕਹਿੰਦੇ ਸੀ ਤੁਸੀਂ ਨਰੋਇਆ ਪੰਜਾਬ ਦੀ ਕਹਿਣ ਲਾਪੇ ਹੋ ਸਾ ਨਰਵ ਹੈ ਨਹੀਂ ਪੰਜਾਬ ਨਾ ਖੁਸ਼ਹਾਲ ਹੈ ਸਾਨੂੰ ਇੰਨੀਆਂ ਬਿਮਾਰੀਆਂ ਕਿਉਂ ਖਾ ਰਹੀਆਂ ਉਹਦਾ ਕਾਰਨ ਹੈ ਕਿ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਬਹੁਤ ਇਜੀ ਹੋ ਗਿਆ ਬਹੁਤ ਜਾਨੀ ਕਿ ਅਸੀਂ ਅਸੀਂ ਆਰਾਮ ਪ੍ਰਧ ਪਸੰਦ ਹੋ ਗਏ ਅ ਪਹਿਲੀ ਗੱਲ ਤਾਂ ਸਾਡੇ ਫਿਜ਼ੀਕਲ ਵਰਕ ਬਿਲਕੁਲ ਖਤਮ ਹੋ ਗਿਆ ਮਸ਼ੀਨਰੀ ਆ ਗਈ ਪਲੱਸ ਮੈਨ ਪਾਵਰ ਦੀ ਵੀ ਕਟ ਹੈ ਗਈ ਆ ਪਹਿਲਾਂ ਸਾਡੇ ਕੋਲ ਸਾਧਨ ਨਹੀਂ ਸੀ ਹੁੰਦੇ ਲੇਕਿਨ ਹੁਣ ਅਸੀਂ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਅਸੀਂ ਉਹ ਕੰਮ ਕਰਦਾਂ ਜਿਹਦੇ ਸਾਨੂੰ ਸਾਡੀ ਮਿਹਨਤ ਨਾ ਲੱਗੇ ਪਸੀਨਾ ਨਾ ਆਵੇ ਤੇ ਅਸੀਂ ਸਟ੍ਰੈਸ ਹਰ ਇੱਕ ਬੰਦਾ ਰਹਿੰਦਾ ਹੈਗਾ ਕਿ ਉਹ ਬੰਦਾ ਅੱਜ ਡੇਟ ਦੇ ਵਿੱਚ ਹੈ ਜਿਹੜਾ ਪੰਜਾਬ ਹੈ ਕਿਉਂ ਨਹੀਂ ਇਸ ਪਲਾ ਗੇਮਾ ਵਾਲੇ ਪਾਸੇ ਸੀ ਜਾਂ ਪੰਜਾਬ ਹੋਰ ਪਾਸੇ ਤਰੱਕੀ ਕਰਦੇ ਅੱਜ ਫੀਕਰ ਵਰਕ ਨਾ ਹੋਣ ਕਰਕੇ ਪੰਜਾਬ ਦੇ ਲੋਕ ਜਿਆਦਾ ਬੁਹਾਰ ਹੁੰਦੇ ਨੇ ਬਾਕੀ ਸਟੇਟਾਂ ਚ ਸਾਧਨ ਨਹੀਂ ਹੈਗੇ ਸਾਡੇ ਤਾਂ ਹਰ ਘਰ ਚ ਕਾਰ ਖੜੀ ਹੈ ਹਰ ਘਰ ਚ ਸਕੂਟਰ ਮੋਟਰਸਾਈਕਲ ਖੜਾ ਹੈਗਾ ਅਸੀਂ ਇੰਨੇ ਖੁਸ਼ਹਾਲ ਹਾਂ ਤੇ ਖੁਸ਼ਹਾਲ ਹੋਈਏ ਜਾਂ ਨਾ ਹੋਈਏ ਇਹ ਸਾਡੀ ਸਾਰਾਂ ਦੀ ਇੱਕ ਇੱਕ ਇਨਸਿਸਟੀ ਬਣ ਗਈ ਹੈ ਖੁਸ਼ਹਾਲ ਹੋਈਏ ਤਾਂ ਫਿਰ ਸਾਨੂੰ ਖੁਦ ਕਸ਼ੇ ਜੋ ਕਰਨ ਫੜੇ ਕਿਸਾਨ ਗਲਤ ਹੈ ਇਕ ਰੂਰਲ ਹੈਲਥ ਦਾ ਸਵਾਲ ਵਾਰ-ਵਾਰ ਹੁੰਦਾ ਡਿਸਪੈਂਸਰੀਸ ਤੁਸੀਂ ਇੰਨੀਆਂ ਖੋਲੀਆਂ ਹੋਈਆਂ ਉਥੇ ਡਾਕਟਰ ਵੀ ਹੈਗੇ ਆ ਪਰ ਉਹ ਡਾਕਟਰ ਡਿਊਟੀਆਂ ਤੇ ਨਹੀਂ ਜਾ ਰਹੇਗੇ ਤੁਹਾਡੇ ਕੋਲ ਇਹੋ ਜੀਆਂ ਰਿਪੋਰਟਸ ਵੀ ਆਉਂਦੀਆਂ ਸਿੱਧੂ ਸਾਹਿਬ ਨਹੀਂ ਦੇਖੋ ਐਦਾ ਹੁੰਦਾ ਕਿ ਜਿਹੜੇ ਕੁਝ ਜਿਹੜੇ ਲੋਕ ਐਦਾਂ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਨਾਲ ਦੀ ਨਾਲ ਹੁੰਦੀ ਹੈ ਮੈਂ ਕਿਸੇ ਨੂੰ ਬਖਸ਼ਦਾ ਨਹੀਂ ਜਿਹੜਾ ਕੋਈ ਮੇਰਾ ਡਾਕਟਰ ਜਿਹੜਾ ਸਰਕਾਰ ਤੋਂ ਤਰਖਾ ਲੈਂਦਾ ਜੋ ਆਪਣੀ ਡਿਊਟੀ ਨਹੀਂ ਕਰਦਾ ਸਾਡੇ ਜਦੋਂ ਧਿਆਨ ਚੋਂ ਨਾਲ ਦੇ ਤਾਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਇਹਦੀ ਗੱਲ ਨਹੀਂ ਅਸੀਂ ਇਹਨਾਂ ਨੂੰ ਕਿੱਡੇ ਲੈ ਛੱਡ ਦਈਏ ਅਸੀਂ ਤਕਰੀਬਨ ਸਾਡੀ 38 ਤੋਂ ਆਪਣਾ ਐਬਿਡਿਟੀ ਹੈਗੀ ਆ 40 ਜਿਹੜਾ ਲੱਖ ਦੀ ਸਾਡੀ ਜਿਹੜੀ ਐਵਰੇਜ ਹੈਗੀ ਆ ਆਪਣੀ ਦੀ ਆਪੀਡੀ ਦੀ ਇੱਕ ਅਡਲਟਰੇਸ਼ਨ ਦਾ ਮਾਮਲਾ ਬੜਾ ਵੱਡਾ ਹੈਗਾ ਮਿਲਾਵਟ ਖੋਰ ਆ ਤੁਹਾਡੇ ਮਹਿਕਮੇ ਦੇ ਅੰਡਰ ਹੁੰਦਾ ਸਾਰਾ ਕੁਝ ਇਹ ਨਹੀਂ ਉਹਦੇ ਚ ਕੀ ਹੁੰਦਾ ਹੈ ਕਿ ਵੀ ਦੁਨੀਆ ਚ ਚੰਗੇ ਬੰਦੇ ਦੀ ਘਾਟ ਨਹੀਂ ਮਾੜਾਂ ਦੀ ਘਾਟ ਨਹੀਂ ਹੈ ਲੇਕਿਨ ਅਸੀਂ ਕਿੰਨੇ ਬੰਦੇ ਅੰਦਰ ਰੁੱਤੇ ਨੇ ਕਿੰਨੇ ਘੋ ਵਾਲੇ ਕਿੰਨੇ ਜਿਹੜੇ ਜਾਲੀ ਪਨੀਰ ਵਾਲੇ ਕਿੰਨੇ ਜਾਲੀ ਦਵਾਈਆਂ ਵਾਲੇ ਕਿੰਨੇ ਕੋਈ ਛੱਡੇ ਨਹੀਂ ਜਿਹੜਾ ਬੰਦਾ ਜਿਹੜਾ ਸਾਨੂੰ ਪਤਾ ਲੱਗਿਆ ਵੀ ਆਹ ਬੰਦਾ ਸਾਡੀਆਂ ਕੈਦਾ ਏਜੰਸੀਆਂ ਨੇ ਇਵਨ ਪ੍ਰਾਈਡਿਟੀ ਦੀ ਗੱਲ ਕਰ ਲਓ ਜੇ ਕੋਈ ਸਾਡੇ ਕਦੇ ਭਰੂਣ ਹੱਤਿਆ ਹੋ ਰਹੀ ਆ ਤਾਂ ਅਸੀਂ ਜਿਹੜੀ ਏਜੰਸੀ ਹਾਇਰ ਕੀਤੀ ਹੋਈ ਆ ਜਿਹੜੀ ਕਿ ਸਾਨੂੰ ਸਰਪ੍ਰਾਈਜ਼ ਆਪ ਕੋ ਫੇਰ ਰੀਡ ਕਰਦੀ ਆ ਬਹੁਤ ਸਾਰੇ ਨੇ ਲਾਇਸੈਂਸ ਕੈਨਸਲ ਕੀਤੇ ਨੇ ਅਸੀਂ ਡਾਕਟਰਾਂ ਦੇ ਹਸਪਤਾਲਾਂ ਦੇ ਬਹੁਤ ਸਸਪੈਂਡ ਕਰਕੇ ਪਰਚੇ ਐਫਆਈਰ ਲਾ ਕੇ ਅੰਦਰ ਵੀ ਕਰਾਇਆ ਨੇ ਬੰਦੇ ਅਸੀਂ ਜਿਹੜੇ ਮਲਾਵਟਖੋਰ ਸੀ ਉਹਨਾਂ ਨੂੰ ਵੀ ਅੰਦਰ ਕਰਾਇਆ ਹੈਗਾ ਵੱਡੇ ਫਾਈਨ ਵੀ ਕੀਤੇ ਹੈਗੇ ਨੇ ਲੇਕਿਨ ਦੇਖੋ ਕ੍ਰਾਈਮ ਹਰ ਜਗ੍ਹਾ ਤੇ ਹੈਗਾ ਸਾਡੀ ਮਨਸ਼ਾ ਹੈ ਕਿ ਅਸੀਂ ਕ੍ਰਾਈਮ ਨੂੰ ਮੁਕਤ ਕਰਨਾ ਪੰਜਾਬ ਨੂੰ ਤੁਸੀਂ 4 ਸਾਲ ਪੂਰੇ ਕਰ ਲਿਆ ਸਰਕਾਰ ਦੇ ਤੁਹਾਨੂੰ ਮਹਿਕਮਾ ਇਹ ਬਾਅਦ ਚ ਮਿਲਿਆ ਹੋਊਗਾ ਬਲੀਸੂ ਜੀ ਸਾਬ ਬਤੌਰ ਸਿਹਤ ਮੰਤਰੀ ਸਿੱਧੂ ਸਾਹਿਬ ਦੇ ਕਿਹੜੇ ਕੰਮ ਅਧੂਰੇ ਆ ਮੇਰੇ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਮੈਂ ਜਿਹੜਾ ਹਰ ਪਿੰਡ ਪੱਧਰ ਤੱਕ ਅਸੀਂ ਇਹਨੂੰ ਲੈ ਕੇ ਜਾਣਾ ਆਪਣੇ ਮੈਡੀਕਲ ਸਹੂਲਤਾਂ ਜਿਹੜੇ ਸਾਡੇ ਡਿਸਟ੍ਰਿਕਟ ਹਸਪੀਟਲ ਨੇ ਅਸੀਂ ਉਹਨਾਂ ਦੇ ਵਿੱਚ ਇੱਕ ਜਿਹੜਾ ਅੱਜ ਲੋਕਾਂ ਦੀ ਬਾਹਰ ਸਿਟੀ ਸਕੈਨ ਐ ਐਮ ਆਰ ਆਈ ਐ ਜਿਹੜੇ ਵੱਡੇ ਟੈਸਟ ਨੇ ਉਹਦੇ ਅਸੀਂ ਇੱਕ ਕੰਪਨੀ ਹੁਣ ਜਿਹੜੀ ਅਸੀਂ ਜਿਹਨਾਂ ਐਮ ਜੀ ਸਾਈਨ ਹੋਇਆ ਟੋਰਨ ਚ ਹੋ ਜਣਾ ਕਿ ਹਰ ਹਸਪੀਟਲ ਇੱਕ ਪੀਪੀ ਮੋੜ ਤੇ ਅਸੀਂ ਇਹ ਬਣਾਵਾਂਗੇ ਲੈਬ ਬਣਾਵਾਂਗੇ ਸਟੈਬਿਸ਼ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਨੇ ਸਾਨੂੰ ਸਾਡੇ 37.5% ਡਿਸਕਾਊਂਟ ਦਿੱਤਾ ਹੈ ਕਿ ਜਿਹੜਾ 1800 2000 ਰੁਪਏ ਦਾ ਆ ਜਾਂ 2500 ਦਾ ਬਾਰ ਕੰਮ ਉਹ 900 ਰੁਪਏ ਦੇ ਵਿੱਚ ਹੋਏਗਾ ਔਰ ਉਹ ਜਿਹੜਾ ਬੰਦਾ ਸਾਡੇ ਹਸਪੀਟਲ ਦੇ ਵਿੱਚ ਉਹ ਲਾਇਬ ਹੋਏਗੀ ਔਰ ਔਰ 12 24 ਆਵਰ ਉਹ ਕੰਮ ਕਰੇਗੀ ਤੇ ਫਿਰ ਦੂਜੀ ਗੱਲ ਇਹ ਹੈ ਕਿ ਅਸੀਂ ਉਹਨਾਂ ਜਿਹੜਾ ਉਪਲਬਧ ਪੈਸੇ ਨੇ ਉਹਦੀ ਅਸੀਂ ਜਿਹੜਾ ਇੰਸ਼ੋਰੈਂਸ ਤੋਂ ਕਲੇਮ ਲੈ ਕੇ ਉਹਦੇ ਵਿੱਚ ਰਿਮਬਰਸਮੈਂਟ ਵੀ ਹੋਏਗੀ ਯਾਨੀ ਅਸੀਂ ਚਾਹੁੰਦੇ ਹਾਂ ਵੀ ਮੇਰੇ ਸੁਪਨਾ ਕਿ ਮੇਰੇ ਪੰਜਾਬ ਦਾ ਕੋਈ ਬੰਦਾ ਬਿਮਾਰ ਨਾ ਹੋਵੇ ਪੰਜਾਬ ਦਾ ਤੰਦਰੁਸਤ ਹੋਵੇ ਲਾਸਟਰੇ ਸਾਡੇ ਪੰਜਾਬ ਤੰਦਰੁਸਤ ਸਿਹਤ ਕੇਂਦਰ ਨੇ ਇਹ ਸਭ ਤੋਂ ਵੱਡਾ ਰੋਲ ਪਲੇ ਕਰਨਾ ਹੈ ਕਿਉਂਕਿ ਅੱਜ ਦੀ ਰੇਟ ਦੇ ਵਿੱਚ 1 ਲੱਖ ਪਿਛੇ 129 ਸਾਡੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਡਿਊਰਿੰਗ ਦਾ ਡਿਲੀਵਰੀ ਉਹ ਜਿਹੜੀ ਆ ਉਹਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਉਹਦੇ ਚ ਕੀ ਹੈ ਜੇ ਸਾਡੇ ਜਿਹੜੇ ਹੈਲਥ ਬੈਲੈਂਸ ਸੈਂਟਰ ਹੋਣਗੇ ਉੱਥੇ ਬਕਾਇਦਾ ਸਾਡਾ ਜਿਹੜਾ ਐਸ்சிਐਚਓ ਹੋਏਗਾ ਜਾਂ ਉੱਥੇ ਜਿਹੜਾ ਏਐਨਐਮ ਸਟਾਫ ਹੋਏਗਾ ਜਾਂ ਮਲਟੀਪਰਪਸ ਵਰਕਰ ਹੋਣਗੇ ਆਸ਼ਾ ਵਰਕਰ ਹੋਣਗੇ ਆ ਉਹ ਜਿਹੜੀ ਸਾਡੇ ਆ ਪੈਣਾ ਨੇ ਅੱਜ 99% ਜਿਹੜੇ ਡਿਲੀਵਰੀਸ ਇੰਸਟੀਚਿਊਸ਼ਨਾਂ ਲੱਗੀਆਂ 1% ਹਲੇ ਵੀ ਘਰਾਂ ਦੇ ਵਿੱਚ ਹੋ ਰਹੀਆਂ ਨੇ ਇੱਕ ਤਾਂ ਉਹ 9 ਮਹੀਨੇ ਲਗਾਤਾਰ ਉਹਦੀ ਜਦੋਂ ਪ੍ਰੈਗਨਨਸੀ ਦੌਰਾਨ ਉਹਨੂੰ ਮੋਨਿਟਰ ਕਰਨਗੇ ਤੇ ਜਿਹੜੀ ਹਾਈ ਰਿਸਕ ਪ੍ਰੈਗਨਨਸੀ ਹੋਏਗੀ ਉਹਦੇ ਵਾਸਤੇ ਪਹਿਲਾਂ ਤੁਸੀਂ ਉਹਨੂੰ ਐਡਵਾਈਸ ਅਰੀ ਦੱਸਣਾ ਸਜੈਸਟ ਕੀਤਾ ਜਾਊਗਾ ਕਿ ਤੁਹਾਡਾ ਕਿਸ ਫੈਸਿਲਿਟੀ ਲੈਵਲ ਤੇ ਕਿਸ ਲੈਵਲ ਤੇ ਜਾ ਕੇ ਡਿਲੀਵਰੀ ਹੋਣੀ ਹੈ ਤਾਂ ਕਿ ਉਹ ਮਤਲਬ ਦੀ ਡੈਥ ਨਾ ਹੋਵੇ ਤੁਸੀਂ ਡੀਡਿਕਸ਼ਨ ਸੈਂਟਰ ਖੋਲੇ ਤੁਸੀਂ ਰੀਹੈਬਿਟੇਸ਼ਨ ਸੈਂਟਰ ਖੋਲੇ ਉੱਥੇ ਕੋਈ ਐਡਮਿਟ ਹੈ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਕੋਈ ਆਉਂਦਾ ਤੁਹਾਡੇ ਕੋਲ ਰਿਕਾਰਡ ਹੈ ਉਸ ਦਾ ਉਹਦੇ ਚ ਬਹੁਤ ਸਾਰੇ ਚ ਹੈਗੇ ਵੀ ਨੇ ਬਹੁਤ ਸਾਰੇ ਚ ਅੱਜ ਕੱਲ ਲੋਕੀ ਜ਼ਿਆਦਾਤਰ ਅਸੀਂ ਦੇਖੋ ਜਦੋਂ ਮੈਂ ਡਿਪਾਰਟਮੈਂਟ ਸੰਭਾਲਿਆ ਉਦੋਂ ਟੋਟਲ 2 ਲੱਖ ਕੁਸ਼ ਹਜ਼ਾਰ ਬੰਦੇ ਸਾਰੇ ਜਿਹੜੇ ਸੀਗੇ ਸਾਡੇ ਟ੍ਰੀਟਮੈਂਟ ਤੇ ਸੀ ਪਹੁੰਚਾਉਦੇ ਸੀ ਅੱਜ 6 ਲੱਖ ਨੂੰ ਕਰਾਸ ਕਰ ਗਏ ਅਸੀਂ 7 ਲੱਖ ਦੇ ਲਾਗੇ-ਛਾਗੇ ਅਸੀਂ ਪਹੁੰਚਣ ਵਾਲੇ ਆ ਕਿ 7 ਲੱਖ ਜਿਹੜਾ ਬੱਚਾ ਸਾਡਾ ਗਲਤ ਰਸਤੇ ਪਿਆ ਸੀ ਕੋਈ ਸਮੈਕ ਲੈਂਦਾ ਕੋਈ ਹੇਰਨ ਲੈਂਦਾ ਸੀ ਜਾਂ ਕੋਈ ਹੋਰ ਨਸ਼ਾ ਕਰਦਾ ਸੀ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਤੇ ਲਿਆ ਆਏ ਆ ਤੇ ਉਹ ਆਪਣੀ ਰੀਹੈਬਿਟੇਸ਼ਨ ਮਾਨੂ ਉਹਨਾਂ ਨੂੰ ਅਸੀਂ ਬਕਾਇਦਾ ਰਿਹੈਬ ਦੇ ਵਿੱਚ ਕੀ ਹੈ ਉਹ ਬੱਚੇ ਆਪਣੇ ਘਰਾਂ 'ਚ ਰਹਿਣ ਲੱਗ ਗਏ ਰਿਹੈਬ 'ਚ ਜਾਂਦੇ ਨਹੀਂਗੇ ਤੁਹਾਡੇ ਸੈਂਟਰ ਖਾਲੀ ਪਏ ਆ ਨਹੀਂ ਜਾਂਦੇ ਨੇ ਹਾਂ ਤੇ ਜਿਹੜੇ ਬਹੁਤ ਜ਼ਿਆਦਾ ਸਵੀਰ ਹੁੰਦੇ ਨੇ ਜਾਂ ਅਸੀਂ ਜ਼ਿਆਦਾ ਐਡਿਕਟਡ ਹੁੰਦੇ ਨੇ ਉਹਨਾਂ ਨੂੰ ਅਸੀਂ ਰੱਖਦੇ ਵੀ ਆ ਪਰ ਲੇਕਿਨ ਜਿਹੜੇ ਬਾਕੀ ਘਰਾਂ 'ਚ ਰਹਿਣ ਲੱਗ ਗਏ ਘਰਾਂ 'ਚ ਜਾ ਕੇ ਆਪਣਾ ਕੰਮ ਕਾਣਾ ਸ਼ੁਰੂ ਕਰਤਾ ਪਰਿਵਾਰ ਨਾਲ ਖੁਸ਼ ਰਹਿਣ ਲੱਗ ਗਏ ਉਹਨਾਂ ਨੂੰ ਅਸੀਂ ਘਰ ਬੈਠਿਆਂ ਨੂੰ ਜਿਹੜੀ ਦਵਾਈ ਆ ਅਸੀਂ ਤਕਰੀਨ ਸਾਰਿਆਂ ਨੂੰ ਜਿਹੜੀ ਸਾਡੀ ਸਰਕਾਰੀ ਫੈਸਿਲਿਟੀ ਤੇ ਆ ਉਹ ਫਰੀ ਦਿੱਤੀ ਜਾਂਦੀ ਹੈ ਜਿਹੜੀ ਪ੍ਰਾਈਵੇਟ ਫੈਸਿਲਿਟੀ ਤੇ ਜਾਂਦੇ ਨੇ ਉਹਨਾਂ ਉਹ ਪੇੜ ਰੋਈ ਲੈਂਦੇ ਨੇ ਇੱਕ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਤੁਸੀਂ ਲਿਆ ਸੀਗਾ ਜੋ ਤੁਹਾਡੀ ਸਰਕਾਰ ਬਣੀ ਸੀਗੀ ਸਤਿ ਸ੍ਰੀ ਅਕਾਲ ਉਹ ਸੁਪਨਾ ਸਰਕਾਰ ਵੀ ਇਹ ਮੰਨਦੀ ਹੈ ਤੇ ਤੁਹਾਡੇ ਵਰਗੇ ਸਾਰੇ ਲੀਡਰ ਵੀ ਇਹ ਮੰਨਦੇ ਤੁਹਾਡੀ ਪਾਰਟੀ ਵੀ ਉਹ ਕਹਿੰਦੇ ਨਸ਼ਾ ਜੜੋਂ ਤੋਂ ਮਗਾਇਆ ਨਹੀਂ ਜਾ ਸਕਦਾ ਤੁਹਾਡੇ ਸਾਹਮਣੇ ਸਾਡੇ ਆਸੇ ਪਾਸੇ ਕਿੰਨੇ ਸਾਡੇ ਦੁਸ਼ਮਣ ਬੈਠੇ ਨੇ ਪਾਕਿਸਤਾਨ ਬੈਠਾ ਅਫਗਾਨਿਸਤਾਨ ਬੈਠਾ ਕਿੰਨੇ ਬਾਰਡਰ ਨੇ ਕਿ ਕਿਵੇਂ ਹੁਣ ਡਰੋਨ ਜਿਹੜਾ ਹੀ ਸਾਡੇ ਅਸਲਾ ਵੀ ਆਉਣਾ ਸ਼ੁਰੂ ਹੋ ਗਿਆ ਸੀ ਕਿਵੇਂ ਪਿਸਟਲ ਕਿਵੇਂ ਉਹਨਾਂ ਦੇ ਨਾਲ ਮੈਗਜ਼ਨ ਆਉਣੇ ਸ਼ੁਰੂ ਹੋ ਗਏ ਕਿਵੇਂ ਇਹਦੇ ਚ ਰਿੰਦਾ ਵੀ ਸਿਸਟਮ ਲੇਕਰ ਇਹ ਇੱਕ ਸਾਡੇ ਸੀਐਮ ਸਾਹਿਬ ਨੇ ਬਕਾਇਦਾ ਹਿੰਦੁਸਤਾਨੀ ਸਰਕਾਰ ਨੂੰ ਲੈਟਰ ਵੀ ਲਿਖਿਆ ਵੀ ਤੁਸੀਂ ਸਾਨੂੰ ਇਹਦੇ ਚ ਮਦਦ ਕਰੋ ਨੈਸ਼ਨਲ ਸਿਕਿਉਰਿਟੀ ਦਿਓ ਤਾਂ ਕਿ ਬਾਡਰ ਸੀਟ ਕੀਤਾ ਜਾ ਸਕੇ ਜਿਹੜਾ ਬਾਹਰੋਂ ਸਾਡੇ ਕੋਈ ਚੀਜ਼ ਆਉਂਦੀ ਹੈ ਉਹਨੂੰ ਰੋਕੀਏ ਲੇਕਿਨ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਵੀ ਇਹ ਅਮਰੀਕਾ ਵਰਗੇ ਮਲੁਖਾਂ ਦੇ ਵਿੱਚ ਵੀ ਹੈ ਇਹ ਜੌਰਫ ਦੇ ਵਿੱਚ ਵੀ ਹੈ ਹਰ ਜਗ੍ਹਾ ਤੇ ਹੈ لیکن ਅਸੀਂ ਇੱਕ ਗੱਲ ਦੀ ਗਰੰਟੀ ਜਰੂਰ ਕਰਦੇ ਹਾਂ ਅਸੀਂ ਇਸ ਪਾਸੇ ਲੱਗੇ ਹੋਏ ਹਾਂ ਕਿ ਅਜੇ ਅਸੀਂ ਜਦੋਂ ਅਸੀਂ ਸਰਕਾਰ ਸ਼ੁਰੂ ਹੋਈ ਆ ਅਸੀਂ ਪਾਇਲਟ ਪ੍ਰੋਜੈਕਟ ਨਾਲ ਤਰਨ ਤਰਨ ਆਡਾਪਟ ਕੀਤਾ ਸੀ ਅੱਜ ਅਸੀਂ ਤਕਰੀਬਨ 199 ਓਟ ਕਲੀਨਿਕ ਖੋਲੇ ਨੇ ਖੋਲੇ ਨੇ 100 ਸਮਥਿੰਗ ਜਿਹੜੇ ਜਿਹੜੇ ਡੀਡਿਕਸ਼ਨ ਸੈਂਟਰ ਨੇ ਫਿਰ ਪੈਂਤੀ ਰਿਹਬ ਸਰਕਾਰੀ ਨੇ ਬਾਕੀ ਰਿਹਬ ਸੈਂਟਰ ਨੇ ਉਹ ਸਾਰੇ ਜਿਹੜੇ ਨੇ ਆਪਣਾ ਆਪਣਾ ਰੋਲ ਪਲੇ ਕਰ ਰਹੇ ਨੇ ਅਸੀਂ مشا ختم ਕਰਨ ਬਾਰੇ ਬੋਲ ਬਣੇ ਅਸੀਂ ਤਾਂ ਇਸ ਗੱਲ ਤੇ ਆ ਰਹੇ ਕਿ ਬੱਚੇ ਨੂੰ ਸ਼ੁਰੂ ਤੋਂ ਇੰਨੀ ਕੇਜੂਕੇਟ ਕੀਤਾ ਜਾਵੇ ਕਿ ਉਹ ਨਸ਼ੇ ਵੱਲ ਜਾਵੇ ਹੀ ਨਾ ਤੇ ਇਹ ਚੀਜ਼ ਨੂੰ ਅਸੀਂ ਅੱਗੇ ਰੱਖ ਕੇ ਬਕਾਇਦਾ ਸਾਡੀਆਂ ਟੀਮਾਂ ਸਾਡੇ ਡਾਕਟਰ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਉਂਸਲਿੰਗ ਕਰਦੇ ਨੇ ਸਿੱਧੂ ਸਾਹਿਬ ਤੁਸੀਂ ਮੰਨਦੇ ਹੋ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਉਹ ਨਸ਼ੇ ਵੱਲ ਜਾ ਰਹੇ ਜਾਂ ਤੁਸੀਂ ਕੋਈ ਹੋਰ ਵਜ੍ਹਾ ਮੰਨਦੇ ਹੋ ਕਿ ਅਸੀਂ ਗਰਾਊਂਡਸ ਤੋਂ ਆਸੇ ਹੋ ਗਏ ਆ ਉਹ ਵਜ੍ਹਾ ਮੰਨਦੇ ਹੋ ਤੁਸੀਂ ਜਾਂ ਮੇਰੀ ਦੇਖੋ ਦੋਨੇ ਗੱਲਾਂ ਨੇ ਬੇਰੋਜ਼ਗਾਰੀ ਵੀ ਕਾਰਨ ਹੈਗਾ ਜਿਸ ਤਰ੍ਹਾਂ ਮੋਦੀ ਸਾਹਿਬ ਦਾ ਹੁਣ ਰਵਈਆ ਹੈਗਾ ਜੇ ਮੋਦੀ ਸਾਹਿਬ ਦਾ ਜੇ ਉਹਨੇ ਕਾਨੂੰਨ ਵਾਪਸ ਨਾ ਲਿਆ ਤਾਂ ਸਾਡਾ ਪੰਜਾਬ ਤਾਂ ਹੋਰ ਬੇਰੁਜ਼ਗਾਰ ਹੋ ਜਾਊਗਾ ਅੱਜ ਜੇ ਸਾਡੀ ਕਣਕ 2000 ਜਾਂ ਸਾਡਾ ਕੋਈ ਗਾਰੰਟੀ ਹੈਗੀ ਵੀ 16-1700 ਜਾਂ 1800 ਕੁਇੰਟਲ ਵਿਕੇਗੀ ਜੇ ਸਾਡੀ ਗਾਰੰਟੀ ਖਤਮ ਹੋ ਗਈ ਕਿ ਵੀ ਇਹ ਤਾਂ 1000 ਰੁਪਏ ਨੂੰ ਵਿਕ ਸਕਦੀ ਹੈ ਜਿਵੇਂ ਜੁਪੀ ਬਿਹਾਰ ਚ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਜੇ ਸਾਡੇ ਝੋਨਾ ਜੋ 1900 ਨੂੰ ਵਿਕਦਾ ਹੈਗਾ ਤੇ ਕੱਲ ਨੂੰ ਇਹੀ ਝੋਨਾ 1000 ਨੂੰ ਵਿਕਣਾ ਸ਼ੁਰੂ ਹੋ ਗਿਆ ਤੇ ਸਾਡੇ ਘਰਾਂ ਦੀ ਬੇਰੁਜ਼ਗਾਰੀ ਹੋਰ ਵੱਧ ਜਾਊਗੀ ਸਾਡਾ ਜਿਹੜਾ ਆਰਤੀਆ ਉਹ ਵੀ ਮਾਰਾ ਜਾਊਗਾ ਆਰਤੀਆ ਨੂੰ ਵੀ ਖਤਮ ਕਰ ਰਹੇ ਨੇ ਉਹ ਕਹਿੰਦੇ ਅਸੀਂ ਸਿੱਧੇ ਜਿਹੜੇ ਜਿਹੜੇ ਲੋਕ ਨੇ ਜ਼ਮੀਨਾਂ ਦੇ ਫਰਦ ਉਹਨੂੰ ਅਸੀਂ ਪੈਸੇ ਦੇਵਾਂਗੇ ਉਹਦੇ ਅਕਾਊਂਟ 'ਚ ਪੈਸੇ ਜਾਣਗੇ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਕੋਲ ਆਦੇ ਕੋਲੇ 2 2.5 ਕਿੱਲੇ ਜ਼ਮੀਨ ਹੈ ਜਾਂ ਉਹਨੇ ਬਾਕੀ ਜ਼ਮੀਨ ਠੇਕੇ ਤੇ ਲਈ ਹੋਈ ਹੈ ਠੇਕੇ ਤੇ ਲੈ ਕੇ ਉਹ ਖੇਤੀ ਕਰਦਾ ਜੇਕਰ ਉਹ ਪੈਸੇ ਮਾਲਕ ਦੇ ਖਾਤੇ ਜਾਣ ਲੱਗੇ ਉਹ ਜਿਹੜਾ ਸਾਡਾ ਕਾਸਤਕਾਰ ਆ ਉਹਦਾ ਕੀ ਬਣੂਗਾ ਫਿਰ ਜਿਹੜਾ ਆੜਤੀ ਆਏਗਾ ਜਿਹਦੇ ਅੱਜ ਜਿਹੜਾ ਸਾਡਾ ਕੋ ਬੜਾ ਪੁਰਾਣੀ ਸਾਂਝ ਲਿਆ ਰਹੀ ਹੈ ਉਹ ਖਤਮ ਹੋ ਜੂਗੀ ਪੰਜਾਬ ਦੀ ਇਕਨੋਮੀ ਬਿਲਕੁਲ ਖਤਮ ਕਰਨ ਤੋ ਲਿਆ ਹੈ ਮੋਦੀ ਸਾਹਿਬ ਅੱਜ ਮੈਂ ਇਹ ਕਹਿ ਸਕਦਾ ਜਿਹੜੇ ਸਾਡੇ ਪੰਜਾਬ ਕੋਰੋਨਾ ਦੇ ਵਿੱਚ ਵੀ ਜਿਹੜਾ ਵਾਧਾ ਹੋਇਆ ਉਹਦੇ ਤੇ ਮੋਦੀ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਕੀ ਰੋਲ ਹੈ ਜੀ ਸਮਝਾਓ ਮੈਂ ਕਿ ਅੱਜ 4 ਮਹੀਨੇ ਤੋਂ ਸਾਡੇ ਕਿਸਾਨ ਉੱਥੇ ਬੈਠੇ ਨੇ ਵਾਟਰ ਉੱਤੇ ਲੱਖ ਬੰਦਾ ਬੈਠਾ ਹੈਗਾ ਤੁਸੀਂ ਦੱਸੋ ਜੇਕਰ ਉੱਥੇ ਇਹ ਸਪਰੈਡ ਹੋ ਗਏ ਮੁੜ ਕੇ ਪੰਜਾਬ ਆ ਜਾਂਦਾ ਕਿ ਤੇ ਉਹ ਹੀ ਰਿਸਪਾਂਸਿਬਲ ਜੇ ਇੱਕ ਸਰਕਾਰ ਜੋ ਕੇ ਨੇ ਵੀ ਕਾਨੂੰਨ ਵਾਪਸ ਲੈ ਲਏ ਨੇ ਵੱਡੀਆਂ ਵੱਡੀਆਂ ਸਰਕਾਰਾਂ ਨੇ ਕਾਨੂੰਨ ਰੱਦ ਕੀਤੇ ਨੇ ਇਹ ਕਾਨੂੰਨ ਰੱਦ ਨਹੀਂ ਕਰ ਸਕਦੇ ਕਿ ਇਹ ਇਹ ਸਾਰੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਵੈਸੇ ਵੀ ਥੋੜਾ ਸਾਹਮਣੇ 200 250 ਦੇ ਕਰੀਬ ਚਾਰੇ ਮੌਤ ਦੇ ਮੂੰਹ ਜਾ ਪੈ ਨੇ ਉਹ ਕਿਹਦੀ ਕਿਸੇ ਅੱਜ ਤੱਕ ਉਹਨਾਂ ਨੇ ਇੱਕ ਬੰਦੇ ਬਾਰੇ ਆਪਣਾ ਹੰਝੂ ਕੋਈ ਸ਼ਬਦ ਹੁੰਦਾ ਨਹੀਂ ਪ੍ਰਗਟ ਕੀਤੀ ਸਿੱਧੂ ਸਾਹਿਬ ਜਿਹੜਾ ਤੁਸੀਂ ਇਹ ਖਦਸ਼ਾ ਜਤਾ ਰਹੇ ਹੋ ਇਹ ਤੁਹਾਡੇ ਖਦਸ਼ੇ ਵਿੱਚ ਵਜਨ ਵੀ ਹੈਗਾ ਪਰ ਸਵਾਲ ਹੈ ਸਦੂ ਸਾਹਿਬ ਕੈਪਟਨ ਮਰਿੰਦਰ ਸਿੰਘ ਜਦੋਂ ਵਾਰ-ਵਾਰ ਇਸ ਤੇ ਗੱਲ ਕਰਦੇ ਆ ਤੁਸੀਂ ਪਹਿਲਾਂ ਚਿੱਠੀਆਂ ਲਿਖਦੇ ਰਹੇ ਹੋ ਕੇਂਦਰ ਸਰਕਾਰ ਨੂੰ ਕੇਂਦਰ ਸਕੀਮਾਂ ਵਿੱਚ ਵੀ ਕੱਟ ਲੱਗਦਾ ਰਿਹਾ ਤੁਸੀਂ ਉਸ ਬਾਰੇ ਵੀ ਜ਼ਿਕਰ ਕਰਦੇ ਹੋ ਇਸ ਬਾਬਤ ਤੁਸੀਂ ਪ੍ਰਧਾਨ ਮੰਤਰੀ ਨੂੰ ਪੀਐਮ ਨੂੰ ਦੱਸਿਆ ਅਸੀਂ ਇੱਕ ਵਾਰੀ ਦੱਸਿਆ ਅਸੀਂ ਤਾਂ ਅਸੀਂ ਤਾਂ ਪਿੱਟੇ ਆ ਪੂਰੇ ਵੀ ਭਾਈ ਇਹ ਸਾਡੇ ਵਾਸਤੇ ਬਹੁਤ ਘਾਤਕ ਕਾਨੂੰਨ ਹੈ ਅਸੀਂ ਇਹ ਸਾਨੂੰ ਤਾਂ ਪਹਿਲਾਂ ਗੱਲ ਆ ਸਾਨੂੰ ਪਾਣੀ ਦਾ ਅਸੀਂ ਮੁੱਦਾ ਬੜੀ ਮੁਸ਼ਕਲ ਨਾਲ ਅਸੀਂ ਰੋਕੇ ਰੱਖਿਆ ਹੋਇਆ ਹੈ ਪੰਜਾਬ ਤਾਂ ਬੈਸੀ ਡਰਾਈ ਜਨ ਬਣ ਗਿਆ। ਇਹਨਾਂ ਕਾਨੂੰਨ ਬਾਰੇ ਨਹੀਂ ਮੈਂ ਹੈਲਥ ਬਾਰੇ ਗੱਲ ਕਰ ਰਿਹਾ ਸੀ। ਹੈਲਥ ਹੈਲਥ ਬਾਰੇ ਸਾਨੂੰ ਹੈਲਥ ਬਾਰੇ ਜਿਹੜਾ ਤੁਸੀਂ ਅੱਜ ਗੱਲ ਕਰਦੇ ਹੋ ਕੋਵਿਡ ਦੀ ਗੱਲ ਕਰਦੇ ਜਾਂ ਹੋਰ ਗੱਲ ਕਰਦੇ ਹੋ ਜਿਹੜਾ ਪਾਉਂਦਾ ਸਾਡਾ ਜੀਐਸਟੀ ਨੂੰ ਸਾਨੂੰ ਡਰੈਕਟ ਸਰਕਾਰ ਦੇ ਬਕਸ ਕਰਦਾ ਸਾਡਾ ਪੈਸਾ ਸਾਨੂੰ ਨਹੀਂ ਮਿਲਦਾ ਜਾਂ ਸਾਡਾ ਆਰਡੀਆ ਫਰੋਕ ਲਿਆ ਜਾਂਦਾ ਹੈ ਤੇ ਸਾਨੂੰ ਬਿਲਕੁਲ ਐਦਾ ਜਿਵੇਂ ਮਤਰੀ ਮਾਂ ਵਾਲਾ ਵਾਲਾ ਸੂ ਸਾਡਾ ਕਿਤੇ ਜਾਂਦਾ ਹੈ ਐਦੋਂ ਮਾੜੀ ਗੱਲ ਕਿਉਂ ਹੋ ਸਕਦੀ ਹੈ? ਪੰਜਾਬ ਦੀ ਹੈਲਥ ਬਾਰੇ ਚਿੰਤਤ ਹੈ ਸੈਂਟਰ। ਕਦੇ ਗੱਲ ਹੋਈ ਇਸ ਬਾਰੇ? ਦੇਖੋ ਸੈਂਟਰ ਇੱਕ ਦਾ ਰੋਲ ਇੱਕ ਪੀਓ ਵਰਗਾ ਹੁੰਦਾ ਹੈ ਫਾਦਰ ਵਰਗਾ ਰੋਡ ਹੁੰਦਾ ਹੈ ਜਿਸ ਸੈਂਟਰ ਜੇ ਫਾਦਰ ਆਪਣੇ ਬੱਚੇ ਨੂੰ ਹੱਥ ਆਕ ਲੈਦਾ ਬੱਚੇ ਅਨਾਥਾਂ ਵਾਲੀ ਗੱਲ ਹੋ ਜਾਂਦੀ ਹੈ ਜੇ ਸਾਡੇ ਸੀਐਮ ਸਾਹਿਬ ਦੀ ਦੂਰੰਦੇਸ਼ੀ ਨਾ ਹੁੰਦੀ ਸ਼ਾਇਦ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੁੰਦੇ ਲੇਕਿਨ ਅਸੀਂ ਸਾਡੇ ਪੰਜਾਬ ਦੇ ਲੋਕਾਂ ਦੇ ਕਰਵਾਨੀ ਲਾ ਲਓ ਪੰਜਾਬ ਦੇ ਲੋਕਾਂ ਦਾ ਇੱਕ ਸਿਸਟਮ ਲਾ ਲਓਗੇ ਇਹਨਾਂ ਨੇ ਔਖਾ ਸਮਾਂ ਵੀ ਗੱਡਿਆ ਅਸੀਂ ਉਧਰੋਂ ਸਾਨੂੰ ਕੋਵਿਡ ਦੀ ਮਾਰ ਪੈ ਗਈ ਉਧਰ ਸਾਡੇ ਦੇ ਕਾਲੇ ਕਾਨੂੰਨ ਥੋਪਤੇ ਉਦੋਂ ਅਸੀਂ ਆਪਣੇ ਆਪ ਜਿਹੜਾ ਸਾਡਾ ਫੰਡ ਸੀਟ ਹੈ ਜੀਐਸਟੀ ਸੀ ਉਹਨੂੰ ਅਸੀਂ ਮੰਗਦੇ ਰਹੇ ਉਹਦੇ ਰੋਕ ਲੱਗੀ ਰਹੀ ਆਰਡੀਐਫ ਰੋਕ ਲਿਆ ਸਾਡੇ ਹਰ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਤੇ ਅਸਰ ਪਿਆ ਇਸ ਗੱਲ ਦਾ ਜਿਹੜਾ ਪੰਜਾਬ ਅੱਜ ਮੈਂ ਕਹਿੰਦਾ ਜਿਸ ਤਰੀਕੇ ਨਾਲ ਸਾਡੇ ਪੈਸੇ ਅੱਜ ਆ ਜਾਂਦੇ ਆ ਤਾਂ ਅਸੀਂ ਜਿਹੜੀ ਪੈਨਸ਼ਨ 1500 ਰੁਪਏ ਹੁਣ ਕੀਤੀ ਆ ਇਹ ਅਸੀਂ ਲਾਸਟ ਈਅਰ ਤੋਂ ਕਰ ਲੈਣੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਸੀ ਲੋਕਡਾਊਨ ਦਾ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਤੁਸੀਂ ਉਸ ਤੋਂ ਪਹਿਲਾਂ ਪ੍ਰੀਕੌਸ਼ਨਰੀ ਬਹੁਤ ਚੀਜ਼ਾਂ ਪੰਜਾਬ ਦੇ ਵਿੱਚ ਕੀਤੀਆਂ ਸੀ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੈ ਉਹ ਮੈਡੀਕਲ ਸਾਇੰਸ ਵੀ ਇਹ ਗੱਲ ਮੰਦੀ ਪਈ ਤੁਸੀਂ ਉਦੋਂ ਲੋਕਡਾਊਨ ਦੇ ਫੈਸਲੇ ਨਾਲ ਸਹਿਮਤ ਸੀਗੇ ਬਿਲਕੁਲ ਅਸੀਂ ਸਹਿਮਤ ਸੀਗੇ ਔਰ ਸਾਡੀ ਬਕਾਇਦਾ ਬਾਅਦ ਚ ਪ੍ਰਧਾਨ ਮੰਤਰੀ ਨੂੰ ਪ੍ਰਸ਼ੰਸਾ ਵੀ ਕਰਨੀ ਪਈ ਕਿ ਜੇ ਅੱਜ ਦੀ ਰੇਟ ਸਭ ਤੋਂ ਵਧੀਆ ਮਾਡਲ ਡਾਉਨ ਕਿਹਦਾ ਦਾ ਪੰਜਾਬ ਦੇ ਮੁੱਖ ਮੰਤਰੀ ਕਪਟਨ ਮਿੰਦਰ ਸਿੰਘ ਨੇ ਕੀਤਾ ਕਿ ਉਹਨੇ ਆਪਣੇ ਸੂਬੇ ਨੂੰ ਬਚਾਇਆ ਹੈਗਾ ਤੇ ਜੇ ਅਸੀਂ ਉਦੋਂ ਲਾਕਡਾਊਨ ਜਾਂ ਕਰਫਿਊ ਵਗੈਰਾ ਨਾ ਲਗਾਉਂਦੇ ਤੇ ਸਾਡੀਆਂ ਜਿਹੜੀਆਂ ਲੈਬਸ ਸੀਗੀਆਂ ਜਿਹੜੇ ਅਸੀਂ ਸਾਡਾ ਇੱਕ ਟੈਸਟ ਵੀ ਉਹ ਵੀ ਪੂੜੇ ਹੋਣ ਪਿਆ ਅਸੀਂ ਅਸੀਂ ਭੇਜਦੇ ਸੀਗੇ ਤੇ ਉਹ ਅੱਜ ਸਾਡੇ ਕੋਲੇ ਇੰਨਾ ਵੱਡਾ ਸਿਸਟਮ ਨਾ ਹੁੰਦਾ ਲਾਕਡਾਊਨ ਕਰਫਿਊ ਹੱਲ ਲੱਗਦਾ ਤੁਹਾਨੂੰ ਉਹ ਉਸ ਵੇਲੇ ਹੱਲ ਸੀ ਹੁਣ ਨਹੀਂ ਹੈ ਹੁਣ ਨਹੀਂ ਹੈ ਹੁਣ ਸਾਨੂੰ ਅਸੀਂ ਆਪਾਂ ਐਪ ਸਿਸਟਮ ਵੀ ਸਾਡਾ ਹੈਗਾ ਬਰਾਬਰ ਸਾਡੇ ਕੋਲੇ ਸਟਰੈਂਥ ਨੂੰ ਕਰ ਲਿਆ ਅਸੀਂ ਆਪਣੇ ਆਪ ਨੂੰ ਪਲੱਸ ਅਸੀਂ ਆਪਣਾ ਕਾਰੋਬਾਰ ਵੀ ਚਲਾਉਣਾ ਹੈਗਾ ਰੋਜੀ ਰੋਟੀ ਵੀ ਚਲਾਉਣੀ ਹੈਗੀ ਬਹੁਤ ਸਾਰੇ ਘਰ ਤੁਹਾਨੂੰ ਪਤਾ ਹੋਣਾ ਚਾਹੀਦਾ ਬਰਬਾਦ ਹੋਏ ਨੇ ਅਸੀਂ ਲੱਖਾਂ ਮਜ਼ਦੂਰ 500 ਟ੍ਰੇਨ ਅਸੀਂ ਇੱਥੋਂ ਮਜ਼ਦੂਰਾਂ ਨੂੰ ਵਾਪਸ ਜੁਪੀ ਬਿਹਾਰ ਪੇ ਜੀ ਪੰਜਾਬ ਚ ਕਰਫਿਊ ਲੱਗ ਸਕਦਾ ਨਹੀਂ ਕੋਈ ਕਰਫਿਊ ਨਹੀਂ ਪੰਜਾਬ ਚ ਲਾਕਡਾਊਨ ਤੁਸੀਂ ਬਤਾਉਂਗਾ ਹਲੇ ਹਲੇ ਕੋਈ ਜਣੀ ਅਸੀਂ ਆਪਣੀ ਜਿਹੜੀ ਐਕਸਪਰਟ ਕਮੇਟੀ ਹੈ ਕੋਈ ਨਾਰਮਲ ਮਾੜੇ ਬੋਟੇ ਸਖਤ ਹੋ ਸਕਦੇ ਨੇ ਪਰ ਕਰਫਿਊ ਲਾਉਣ ਦੀ ਨੋਕ ਨਹੀਂ ਲੋਕਾਂ ਵਿੱਚ ਇੱਕ ਚਰਚਾ ਹੈ ਸਿੱਧੂ ਸਾਹਿਬ ਮੈਂ ਲੋਕਾਂ ਦਾ ਸਵਾਲ ਲੈਣਾ ਅਖੀਰ ਤੇ ਫਿਰ ਮੈਂ ਗੱਲਬਾਤ ਖਤਮ ਕਰਦਾ ਲੋਕਾਂ ਚ ਇਹ ਚਰਚਾ ਹੈ ਕਿ ਜੇ ਸੈਂਟਰ ਵੱਲੋਂ ਇਹ ਹੁਕਮ ਆ ਗਏ ਲਾਕਡਾਊਨ ਜੋ ਕਰਫਿਊ ਲਾਓ ਤੇ ਉਹ ਲੋਕਡਾਊਨ ਕਰਫਿਊ ਲਾ ਕੇ ਤੁਹਾਡੀ ਸਰਕਾਰ ਕਿਸਾਨ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਵਿੱਚ ਬਿਲਕੁਲ ਬਿਲਕੁਲ ਕੋਈ ਸਚਾਈ ਨਹੀਂ ਅਸੀਂ ਮੈਂ ਵੀ ਕਿਸਾਨ ਐ ਕੈਪਟਨ ਰਮਿੰਦਰ ਸਿੰਘ ਕਿਸਾਨ ਐ ਸਾਡੀ ਸਰਕਾਰ 100% ਕਿਸਾਨਾਂ ਦੇ ਨਾਲ ਖੜੀ ਐ ਅਸੀਂ ਤੇ ਕਰਫਿਊ ਹੋਵੇ ਕੋਈ ਕੋਈ ਅਸੀਂ ਕਿਸਾਨਾਂ ਨਾਲ ਹਰ ਹਾਲਤ ਵਿੱਚ ਮੱਦ ਰੱਖਾਂਗੇ ਔਰ ਦੂਜੀ ਗੱਲ ਸੈਂਟਰਲ ਗਵਰਨਮੈਂਟ ਦਾ ਕੋਈ ਫੈਸਲਾ ਹੋਵੇ ਕੋਈ ਨਾ ਹੋਵੇ ਲੇਕਿਨ ਇਹ ਇਹ ਸਟੇਟਸ ਵਿਸ਼ੇਕਤ ਹੈਗਾ ਜੇ ਸਾਡਾ ਸਟੇਟ ਠੀਕ ਆ ਸਾਨੂੰ ਕਿਉਂ ਕਰਫਿਊ ਲਾਉਣ ਦੀ ਜਰੂਰਤ ਪੈਗੀ ਚਲੋ ਬਹੁਤ ਧੰਨਵਾਦ ਅਲਵੀ ਸਿੰਘ ਜੀ ਦੋਤੋ ਇਹ ਸਰਵਲੂ ਸਿੰਘ ਜੀ ਸਿਹਤ ਮੰਤਰੀ ਪੰਜਾਬ ਜਿਨ੍ਹਾਂ ਤੋਂ ਅਸੀਂ ਸਾਰੇ ਸਵਾਲ ਕੀਤੇ ਆ ਪੰਜਾਬ ਦੀ ਸਿਹਤ ਬਾਰੇ ਪਰ ਸਰਕਾਰਾਂ ਜੋ ਕਰਦੀਆਂ ਸਰਕਾਰਾਂ ਨੇ ਆਪਦੇ ਕੰਮ ਕਰਨੇ ਆ ਪਰ ਤੁਸੀਂ ਆਪਦੀ ਸਿਹਤ ਦਾ ਆਪ ਧਿਆਨ ਰੱਖਣਾ ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਤਗੀਦ ਕੀਤੀ ਸੀ ਮਾਸਕ ਉਤਾਰਨ ਦੇ ਲਈ ਮੈਂ ਖੁਦ ਵੀ ਮਾਸਕ ਨਹੀਂ ਪਾਇਆਗਾ ਪਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਕੇ ਅਸੀਂ ਇਹ ਇੰਟਰਵਿਊ ਕੀਤਾ سرکاری ਨਿਯਮਾਂ ਦੀ ਪਾਲਣਾ ਤੁਸੀਂ ਕਿੰਨੀ ਕਰਨੀ ਹੈ ਖੁਦ ਜਾਗਰੂਕ ਕਿੰਨਾ ਰਹਿਣਾ ਮੈਡੀਕਲ ਸਾਇੰਸ ਤੇ ਤੁਸੀਂ ਭਰੋਸਾ ਰੱਖਣਾ ਪਰ ਜਿਸ ਤਰੀਕੇ ਨਾਲ ਬਲੂਸ ਨੇ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਅਫਵਾਹਾਂ ਹਨ ਉਹਨਾਂ ਫਾਰਮਾਂ ਤੋਂ ਬਚਣ ਦੀ ਜ਼ਰੂਰਤ ਹੈ ਕਿ ਅਫਵਾਹਾਂ ਜਿਹੜੀਆਂ ਇਸ ਤਰੀਕੇ ਫੈਲ ਰਹੀਆਂ ਕਰਫਿਊ ਲੱਗ ਜਾਊਗਾ ਪੰਜਾਬ 'ਚ ਪੰਜਾਬ 'ਚ ਲੌਕਡਾਊਨ ਲੱਗ ਜਾਊਗਾ ਪੰਜਾਬ ਵਿੱਚ ਰੋਜ਼ਗਾਰ ਹੈ ਜਿਹੜੇ ਬੰਦ ਕਰ ਦਿੱਤੇ ਜਾਣਗੇ ਦੁਕਾਨਾਂ ਜਿਹੜੀਆਂ ਉਹ ਲਗਾਤਾਰ ਬੰਦ ਹੋ ਜਾਣਕੀਆਂ ਤੁਹਾਡੇ ਰੋਜ਼ਗਾਰ ਤੇ ਲੱਤ ਪਵੇਗੀ ਉਹਨਾਂ ਤੋਂ ਇਹਨਾਂ ਨੇ ਸਾਫ਼ ਇਨਕਾਰ ਕੀਤਾ ਇਸ ਲਈ ਅਫਵਾਹਾਂ ਤੋਂ ਬਚੋ ਤੇ ਸਹੀ ਸੂਚਨਾ ਜਿਹੜੀ ਉਹ ਲੈਣ ਦੀ ਕੋਸ਼ਿਸ਼ ਕਰੋ ਤੇ ਉਹ ਹੀ ਸੂਚਨਾ ਜਿਹੜੀ ਅੱਗੇ ਸਾਂਝੀ ਕਰੋ ਜਿਹਤੋਂ ਤੁਹਾਨੂੰ ਸਹੀ ਸੂਚਨਾ ਮਿਲਦੀ ਹੈ ਤੇ ਐਕਚੁਅਲੀ ਬਹੁਤਾਂ